करो 90.2 ट्यून करो 90.2 ट्यून करो 90.2। जब भी अपने घर तो बाहर निकलने आ हमेशा हाथ जोड़ के निकलने आ रब नू कि सब सही तरीके नाल असी जाइए ते घर वापस भी आइए, लेकिन ए सारी चीजा दी सेफ्टी कला रब नहीं करेगा। God help those who help themselves। ਇਹ ਕਹਾਵਤ ਹਰ ਜਗ੍ਹਾ ਲਾਗੂ ਹੁੰਦੀ ਹੈ, ਚਾਹੇ ਕਿਸੇ ਵੀ ਕੰਮ ਨੂੰ ਕਰਨ ਦੀ ਗੱਲ ਹੋਏ ਜਾਂ ਫਿਰ ਸੜਕਾਂ 'ਤੇ ਬਾਹਰ ਨਿਕਲਣ ਦੀ ਗੱਲ ਹੋਏ। ਰੋਜ਼ ਸੇਫਟੀ ਦੇ ਮੈਜਰਸ ਨੂੰ ਰੂਲਸ ਨੂੰ ਫੋਲੋ ਕਰਦੇ ਚਲੋ। ਹੱਥ ਜੋੜ ਕੇ ਸਿਰ ਚੁਕਾ ਕੇ ਕੁੜੀ ਸਤਿ ਸ਼੍ਰੀ ਅਕਾਲ ਕਹਿੰਦੀ ਹੈ, ਸੁਣ ਰਹੇ ਤੁਸੀਂ ਆਰਜੇ ਗੀਤ ਨੂੰ ਰੇਡੀਓ ਪੰਜਾਬ 'ਤੇ ਨਵੀਂ ਸਵੇਰ ਨਵੇਂ ਜੇ ਸੋਹਣੇ ਜੇ ਦਿਨ ਦੀ ਸ਼ੁਰੂਆਤ ਹੈ ਔਰ ਅੱਜ ਦੇ ਹੀ ਦਿਨ ਤੋਂ ਸ਼ੁਰੂਆਤ ਹੈ ਯੂਨਾਈਟਡ ਨੇਸ਼ਨ ਗਲੋਬਲ ਰੋਡ ਸੇਫਟੀ ਵੀਕ ਦੀ, ਜਿਸ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਵਿਦ ਅਵੋਇਡ ਐਕਸੀਡੈਂਟ NGO ਦੇ ਨਾਲ, ਜਿਸ ਨੂੰ ਚਲਾ ਰਹੇ ਨੇ ਜਿਸ ਦੇ ਫਾਊਂਡਰ ਪ੍ਰੈਜ਼ੀਡੈਂਟ ਨੇ ਹਰਪ੍ਰੀਤ ਸਿੰਘ ਜੀ, ਜੋ ਕਿ ਸਾਡੇ ਨਾਲ ਹੈ ਰੇਡੀਓ ਪੰਜਾਬ 'ਤੇ ਇਸ ਗ੍ਰੇਟ ਇਨੀਸ਼ੀਏਟਿਵ ਦਾ ਸਾਥ ਦਿੰਦੇ ਹੋਏ। ਸਤਿ ਸ਼੍ਰੀ ਅਕਾਲ ਜੀ ਸਰ, ਵੈਲਕਮ ਤੁਹਾਡਾ ਰੇਡੀਓ ਪੰਜਾਬ 'ਤੇ। ਸਤਿ ਸ਼੍ਰੀ ਅਕਾਲ ਜੀ, ਰੇਡੀਓ ਪੰਜਾਬ 'ਤੇ ਮੈਂ ਹਾਂ ਹਰਪ੍ਰੀਤ ਸਿੰਘ, ਫਾਊਂਡਰ ਪ੍ਰੈਜ਼ੀਡੈਂਟ NGO ਅਵੋਇਡ ਐਕਸੀਡੈਂਟ ਤੋਂ। ਅਸੀਂ ਪਿਛਲੇ 7-8 ਸਾਲਾਂ ਤੋਂ ਰੋਡ ਸੇਫਟੀ, ਇੰਜਰੀ ਪ੍ਰੀਵੈਂਸ਼ਨ ਅਤੇ ਕੈਸ਼ ਰਿਸਪੋਂਸ ਦੇ ਉੱਪਰ ਕੰਮ ਕਰ ਰਹੇ ਹਾਂ। ਸਾਡੀ ਜਿਹੜੀ NGO ਹੈ, ਅਸੀਂ ਯੂਨਾਈਟਿਡ ਨੇਸ਼ਨ, WHO ਅਤੇ ਦੁਨੀਆ ਦੇ ਹੋਰ ਜਿਹੜੀਆਂ ਵੀ ਲੀਡਿੰਗ ਏਜੰਸੀ ਉਹਨਾਂ ਨਾਲ ਕੰਮ ਕਰਦੇ ਹਾਂ। ਮੈਂ ਖੁਦ ISO 39001 ਰੋਡ ਟ੍ਰੈਫਿਕ ਸੇਫਟੀ ਮੈਨੇਜਮੈਂਟ ਲੀਡ ਆਡੀਟਰ ਹਾਂ। ਇਸੇ ਸਾਲ ਦੇ ਵਿੱਚ ਮੈਨੂੰ ਭਾਰਤ ਸਰਕਾਰ ਦੇ ਵੱਲੋਂ ਰੋਡ ਸੇਫਟੀ 'ਤੇ ਕੰਮ ਕਰਨ ਲਈ ਨੈਸ਼ਨਲ ਅਵਾਰਡ ਮਿਲਿਆ ਔਰ ਇੱਕ ਦੂਸਰਾ ਨੈਸ਼ਨਲ ਅਵਾਰਡ ਮੈਨੂੰ ਗੁੱਡ ਸਮਾਰਟੀਅਨ ਲਾਅ ਦੇ ਉੱਪਰ ਕੰਮ ਕਰਨ ਲਈ ਮਿਲਿਆ। ਅਸੀਂ ਰੋਡ ਸੇਫਟੀ ਦੇ ਵਿੱਚ, ਕਿਉਂਕਿ ਰੋਡ ਸੇਫਟੀ ਇੱਕ ਬਹੁਤ ਵੱਡਾ ਵਿਸ਼ਾ ਹੈ, ਉਹਦੇ ਵਿੱਚ ਅਸੀਂ ਪਰਟੀਕੁਲਰ ਚੀਜ਼ਾਂ ਦੇ ਉੱਪਰ ਕੰਮ ਕਰਦੇ ਹਾਂ, ਜਿਹਦੇ ਵਿੱਚ ਜੇ ਅਸੀਂ ਮੇਨ ਗੱਲ ਕਰੀਏ ਤਾਂ ਅਸੀਂ ਬੇਸਿਕ ਰੋਡ ਇਨਫਰਾਸਟ੍ਰਕਚਰ ਇੰਪਰੂਵਮੈਂਟ 'ਤੇ ਕੰਮ ਕਰਦੇ ਹਾਂ ਕਿ ਜੇ ਸਾਈਨ ਬੋਰਡ ਨਹੀਂ ਲੱਗੇ ਹੋਣਗੇ ਤਾਂ ਪੁਲਿਸ ਚਲਾਨ ਨਹੀਂ ਕਰ ਸਕਦੀ, ਲੋਕਾਂ ਨੂੰ ਸਪੀਡ ਦਾ ਨਹੀਂ ਪਤਾ ਲੱਗ ਸਕਦਾ, ਅਤੇ ਜ਼ੈਬਰਾ ਕ੍ਰੋਸਿੰਗ ਨਹੀਂ ਬਣੀ ਹੋਏਗੀ ਤਾਂ ਪੈਡੈਸਟ੍ਰੀਅਨ ਦੀ ਲਾਈਫ ਸੇਵ ਨਹੀਂ ਕਰ ਸਕਦੇ। ਉਹ ਸੜਕ ਦੇ ਵਿੱਚ ਆਉਣਗੇ ਹੀ, ਗੱਡੀਆਂ ਦੇ ਨਾਲ ਕਲੈਸ਼ ਹੋਏਗਾ ਹੀ ਹੋਏਗਾ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਕੰਮ ਕਰਦੇ ਹਾਂ ਅਸੀਂ, ਇਹਨੂੰ ਕਹਿੰਦੇ ਆ ਬੇਸਿਕ ਇਨਫਰਾਸਟ੍ਰਕਚਰ ਆਫ ਰੋਡ ਸੇਫਟੀ। ਸਾਈਨ ਬੋਰਡ ਦੇ ਉੱਪਰ ਦਰਖਤਾਂ ਦੇ ਕਾਰਨ ਉਹ ਦਿਖਦੇ ਨਹੀਂ, ਇਹਨਾਂ ਦੀ ਵਿਜੀਬਿਲਟੀ ਘੱਟ ਜਾਂਦੀ ਹੈ, ਟ੍ਰੈਫਿਕ ਲਾਈਟ ਹੈ ਜਿਹੜੀ ਉਹ ਇੱਕ ਜਗਦੀ ਇੱਕ ਨਹੀਂ ਜਗਦੀ ਹੈ, ਜਾਂ ਉਹਦਾ ਟਾਈਮਿੰਗ ਨਹੀਂ ਸਹੀ ਹੈ। ਇਹ ਸਾਰੀ ਇੰਪਰੂਵਮੈਂਟ ਦਾ ਕੰਮ ਅਸੀਂ ਕਰਦੇ ਹਾਂ, ਸਰਕਾਰ ਦੇ ਕੋਲੋਂ, ਮਿਊਂਸਪੈਲਿਟੀ ਦੇ ਕੋਲੋਂ ਸਿਫਾਰਿਸ਼ ਕਰਕੇ ਸਾਰੀਆਂ ਚੀਜ਼ਾਂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਅਸੀਂ ਆਡਿਟ ਕਰਦੇ ਹਾਂ ਸੜਕਾਂ ਦੇ ਕਿ ਕਿਹੜੇ ਕਿਹੜੀਆਂ ਚੀਜ਼ਾਂ 'ਤੇ ਰਿਸਕ ਜ਼ਿਆਦਾ ਹੈ, ਕਿੱਥੇ ਜ਼ਿਆਦਾ, ਸਪੈਸ਼ਲੀ ਸੇਫ ਸਕੂਲ ਜ਼ੋਨ ਦਾ, ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਹਰ ਸਾਲ 10,000 ਦੇ ਕਰੀਬ ਜਿਹੜੇ ਆ ਬੱਚੇ ਮਰ ਜਾਂਦੇ ਆ ਸੜਕ ਦੇ ਉੱਪਰ। ਤਾਂ ਇਹਦੇ ਉੱਪਰ ਅਸੀਂ ਫੋਕਸ ਕੀਤਾ, ਸਕੂਲਾਂ ਨੂੰ ਅਸੀਂ ਸਿਕਿਓਰ ਕਰਦੇ ਹਾਂ, ਉਸ ਦੁਆਲੇ ਸਪੀਡ ਨੂੰ ਸਲੋ ਕਰਦੇ ਹਾਂ, ਅਤੇ ਜ਼ੈਬਰਾ ਕ੍ਰੋਸਿੰਗ ਬਣਵਾਈਆਂ ਜਾਂਦੀਆਂ। ਇਸ ਡਰਾਈਵ ਦੇ ਥਰੂ ਸੇਫ ਸਕੂਲ ਜ਼ੋਨ ਕਹਿੰਦੇ ਆ, ਸਪੀਡ ਲਿਮਿਟ ਨੂੰ ਸਲੋ ਕਰਵਾਇਆ ਜਾਂਦਾ। ਉਸ ਤੋਂ ਬਾਅਦ ਅਸੀਂ ਕੰਮ ਕਰਦੇ ਹਾਂ ਜੀ, ਜਿਹੜਾ ਐਕਸੀਡੈਂਟ ਦਾ ਸਭ ਤੋਂ ਵੱਡਾ ਕਾਰਨ ਹੈ, ਸਭ ਤੋਂ ਲੀਡਿੰਗ ਕਾਰਨ ਹੈ ਸਪੀਡ। ਹਰ ਐਕਸੀਡੈਂਟ ਦੇ ਵਿੱਚ ਕਿਤੇ ਨਾ ਕਿਤੇ ਇਹਦਾ ਹਿੱਸਾ ਹੁੰਦਾ, 70-75% ਦੇ ਕਰੀਬ ਸਪੀਡ ਦਾ ਕਾਰਨ ਨਿਕਲਦਾ ਹਰ ਐਕਸੀਡੈਂਟ ਦੇ ਵਿੱਚ। ਸਪੀਡ ਮੈਨੇਜਮੈਂਟ ਦੇ ਉੱਪਰ ਕੰਮ ਕਰਦੇ ਹਾਂ, ਸਲੋ ਡਾਊਨ ਕਰਨਾ, ਥੋੜ੍ਹਾ ਸਪੀਡ ਨੂੰ ਘਟਾਉਣਾ, ਜਾਂ ਸਪੀਡ ਦੇ ਵਾਸਤੇ ਉਹ ਕਿਵੇਂ ਉਹਨੂੰ ਹੌਲੀ ਕੀਤਾ ਜਾ ਸਕਦਾ ਆਟੋਨੋਮਸ ਪ੍ਰੋਸੈਸ ਦੇ ਨਾਲ, ਉਹਦੇ ਉੱਪਰ ਅਸੀਂ ਕੰਮ ਕਰਦੇ ਹਾਂ। ਇਸ ਤੋਂ ਇਲਾਵਾ ਇੱਕ ਹੋਰ ਬੜਾ ਐਕਸੀਡੈਂਟ ਤਾਂ ਹੋ ਰਹੇ ਹੈ, ਸਰਕਾਰਾਂ ਦੇ ਕੰਮ ਕਰਨ ਤੋਂ ਬਾਅਦ, ਸਭ ਦੇ ਕੰਮ ਕਰਨ ਤੋਂ ਬਾਅਦ ਵੀ ਐਕਸੀਡੈਂਟ ਹੋ ਰਿਹਾ ਹੈ। ਜੇ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਕੀ, ਫਿਰ ਕੀ ਕਰਨਾ, ਉਹ ਸਾਡਾ ਕੰਮ ਹੈ ਪੋਸਟ ਕ੍ਰੈਸ਼ ਕੇਅਰ, ਪੋਸਟ ਕ੍ਰੈਸ਼ ਕੇਅਰ ਅਤੇ ਪੋਸਟ ਕ੍ਰੈਸ਼ ਰਿਸਪੋਂਸ। ਇਹਦੇ ਤਹਿਤ ਅਸੀਂ ਗੁੱਡ ਸਮਾਰਟੀਅਨ ਲਾਅ ਦੇ ਉੱਪਰ ਬਹੁਤ ਕੰਮ ਕੀਤਾ, ਪੰਜਾਬ ਦੇ ਵਿੱਚ ਅਸੀਂ ਬਹੁਤ ਕੰਮ ਕੀਤਾ, ਕਿਉਂਕਿ ਅਸੀਂ ਲੋਕ ਡਰਦੇ ਹਾਂ ਕਿ ਜੇ ਅਸੀਂ ਐਕਸੀਡੈਂਟ ਵਿਕਟਿਮ ਨੂੰ ਚੁੱਕ ਕੇ ਕਿਤੇ ਲੈ ਕੇ ਜਾਵਾਂਗੇ ਤਾਂ ਪੁਲਿਸ, ਡਾਕਟਰੀ ਔਰ ਜਿਹੜੀ ਅਦਾਲਤੀ ਕਾਰਵਾਈਆਂ ਦੇ ਵਿੱਚ ਅਸੀਂ ਫਸ ਜਾਵਾਂਗੇ। ਲੇਕਿਨ ਹੁਣ ਇਹ ਭਾਰਤ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅੰਦਰ ਇੱਕ ਕਾਨੂੰਨ ਬਣ ਚੁੱਕਾ ਹੋਇਆ ਹੈ, ਗੁੱਡ ਸਮਾਰਟੀਅਨ ਲਾਅ, ਕਿ ਸਾਡੇ ਰਾਈਟ ਜਿਹੜੇ ਆ ਉਹ ਪ੍ਰੋਟੈਕਟਡ ਹੈ। ਜੇ ਅਸੀਂ ਕਿਸੇ ਵੀ ਵਿਕਟਿਮ ਨੂੰ ਚੁੱਕ ਕੇ ਲੈ ਕੇ ਜਾਵਾਂਗੇ ਹਸਪਤਾਲ, ਤੇ ਸਾਡਾ ਕਿਸੇ ਤਰ੍ਹਾਂ ਦੇ ਸਿਵਲ ਤੇ ਫੌਜਦਾਰੀ ਮੁਕੱਦਮੇ 'ਚ ਸਾਡਾ ਨਾਂ ਨਹੀਂ ਆ ਸਕਦਾ, ਈਵਨ ਕਿ ਪੁਲਿਸ ਸਾਡੇ ਕੋਲੋਂ ਸਾਡਾ ਨਾਂ, ਪਤਾ ਤੇ ਟੈਲੀਫੋਨ ਨੰਬਰ ਵੀ ਨਹੀਂ ਪੁੱਛ ਸਕਦੀ। ਇਹ ਗੁੱਡ ਸਮਾਰਟੀਅਨ ਲਾਅ ਹੈ, ਇਹਦੇ ਉੱਪਰ ਅਸੀਂ ਬੜਾ ਸਾਰਾ ਕੰਮ ਕੀਤਾ। ਜੇ ਅਸੀਂ ਗੱਲ ਕਰੀਏ ਕਿ ਅੱਜ ਤੱਕ ਅਸੀਂ ਕੀ ਅਚੀਵ ਕਰ ਲਿਆ ਪਿਛਲੇ 8-10 ਸਾਲਾਂ ਦੇ ਵਿੱਚ, ਅਸੀਂ ਗੁੱਡ ਸਮਾਰਟੀਅਨ ਲਾਅ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਹੈ, ਇਹਦੇ ਉੱਪਰ ਸਾਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਅਵਾਰਡ ਵੀ ਮਿਲ ਚੁੱਕਾ। ਜੇ ਅਸੀਂ ਸੇਫਰ
ਸਿਟੀ ਦੀ ਗੱਲ ਕਰੀਏ ਬੇਸਿਕ ਰੋਡ ਇਨਫਰਾਸਟ੍ਰਕਚਰ ਦੀ ਤਾਂ ਅਸੀਂ ਮੋਹਾਲੀ ਦੇ ਵਿੱਚ ਇਹਦੇ ਉੱਪਰ ਬਹੁਤ ਸਾਰਾ ਕੰਮ ਕੀਤਾ। ਜੇ ਤੁਸੀਂ ਦੇਖੋਗੇ YPS ਚੌਂਕ ਤੋਂ ਸਿੰਘ ਸ਼ਹੀਦਾਂ ਸਾਹਿਬ ਗੁਰਦੁਆਰੇ ਵਾਲੀ ਜਿਹੜੀ ਰੋਡ ਹੈ ਉਹਦੇ ਵਿੱਚ ਸਭ ਜਗ੍ਹਾ 'ਤੇ ਜ਼ੈਬਰਾ ਕਰੋਸਿੰਗ ਖੁੱਲ ਚੁੱਕੀਆਂ ਜਿਹੜੀਆਂ ਬੰਦ ਸੀ ਰੇਲਿੰਗ ਦੇ ਨਾਲ। ਸੱਤ ਫੇਸ ਤੋਂ ਲੈ ਕੇ 3-5 ਦੀਆਂ ਲਾਈਟਾਂ ਤੱਕ ਜੇ ਤੁਸੀਂ ਦੇਖੋਗੇ ਤਾਂ ਉਹ ਰੋਡ ਦੇ ਵਿੱਚ ਇਨਫਰਾਸਟ੍ਰਕਚਰ ਦੀ ਬਹੁਤ ਜ਼ਿਆਦਾ ਇੰਪਰੂਵਮੈਂਟ ਹੋ ਗਈ ਹੈ। ਸਭ ਜਗ੍ਹਾ 'ਤੇ ਜ਼ੈਬਰਾ ਕਰੋਸਿੰਗ ਬਣ ਗਏ ਹੈ, ਵਾਈਟ ਲਾਈਨਸ ਬਣ ਗਈਆਂ, ਜ਼ੈਬਰਾ ਕਰੋਸਿੰਗ ਦੇ ਉੱਪਰ ਸਟੱਡ ਲੱਗ ਗਏ ਨੇ ਜਿਹੜੇ ਰਾਤ ਵੇਲੇ ਚਮਕਦੇ ਨੇ ਅਤੇ ਡਰਾਈਵਰ ਨੂੰ ਪਤਾ ਲੱਗਦਾ ਵੀ ਹਾਂ ਮੈਂ ਇੱਥੋਂ ਥੋੜ੍ਹਾ ਸਲੋ ਲੰਘਣਾ। ਇਸ ਤੋਂ ਇਲਾਵਾ ਅਸੀਂ ਬੱਚਿਆਂ ਦੀ ਸੇਫਟੀ ਦੇ ਉੱਪਰ ਬੜਾ ਕੰਮ ਕਰਦੇ ਹਾਂ ਕਿ ਕੋਈ ਵੀ ਸਰਕਾਰੀ ਡਿਪਾਰਟਮੈਂਟ ਕੋਈ ਵੀ ਅਵੇਅਰਨੈਸ ਰੈਲੀ ਉਹਨੇ ਕਰਨੀ ਹੁੰਦੀ ਹੈ ਤਾਂ ਸਕੂਲ 'ਚੋਂ ਬੱਚੇ ਲੈ ਕੇ ਸੜਕ ਦੇ ਉੱਪਰ ਅਵੇਅਰਨੈਸ ਰੈਲੀ ਕਰ ਦਿੱਤੀ ਜਾਂਦੀ ਹੈ, ਜਦੋਂ ਕਿ ਕਾਨੂੰਨ ਇਹ ਨਹੀਂ ਕਰਨਾ ਚਾਹੀਦਾ, ਚਾਈਲਡ ਰਾਈਟ ਪ੍ਰੋਟੈਕਸ਼ਨ ਦੇ ਅਗੇਂਸਟ ਹੈ। ਮੇਰਾ ਬੱਚਾ ਮੈਂ ਸਕੂਲ ਪੜ੍ਹਨ ਲਈ ਭੇਜਿਆ ਔਰ ਮੈਨੂੰ ਪਤਾ ਹੀ ਨਹੀਂ ਹੈ ਕਿ ਉਹ ਸੜਕ ਦੇ ਉੱਪਰ ਸਰਕਾਰ ਦੇ ਕੋਈ ਪ੍ਰੋਗਰਾਮ ਦੀ ਜਾਂ ਕਿਸੇ ਏਜੰਸੀ ਦੇ ਪ੍ਰੋਗਰਾਮ ਦੀ ਪ੍ਰਮੋਸ਼ਨ ਕਰ ਰਿਹਾ। ਤਾਂ ਇਹਦੇ ਬਾਰੇ ਅਸੀਂ ਚਾਈਲਡ ਰਾਈਟ ਪ੍ਰੋਟੈਕਸ਼ਨ ਜਿਹੜੇ ਪੰਜਾਬ ਦੇ ਕਮਿਸ਼ਨ ਸੀ ਉਹਦੇ ਕੋਲੋਂ ਅਸੀਂ ਗਾਈਡਲਾਈਨਸ ਇਸ਼ੂ ਕਰਵਾਈਆਂ ਕਿ ਕੋਈ ਵੀ ਮਾਂ ਪਿਓ ਦੀ ਕੰਸੈਂਟ ਜ਼ਰੂਰੀ ਹੈ ਜੇਕਰ ਕੋਈ ਵੀ ਬੱਚੇ ਨੇ ਰੋਡ 'ਤੇ ਜਾਣਾ, ਅੱਬਲ 'ਤੇ ਜਾਣਾ ਹੀ ਨਹੀਂ ਹੈ। ਲੇਕਿਨ ਜੇ ਕਿਸੇ ਕੰਡੀਸ਼ਨ 'ਚ ਜਾ ਵੀ ਰਿਹਾ ਬੱਚਿਆਂ ਦਾ, ਕੋਈ ਤੁਸੀਂ ਕਰ ਰਹੇ ਹੋ ਰੈਲੀ ਜਾਂ ਕੁਛ ਵੀ, ਤਾਂ ਉਹਦੇ ਨਾਲ ਵਾਲੀ ਰੋਡ ਹੈ ਜਿਹੜੀ ਉਹ ਬੰਦ ਰਹੇਗੀ। 30 ਕਿਲੋਮੀਟਰ ਦੀ ਸਪੀਡ ਨੂੰ ਫੋਲੋ ਕੀਤਾ ਜਾਏਗਾ, ਟ੍ਰੈਫਿਕ ਪੁਲਿਸ ਉੱਥੇ ਰਿਸਟ੍ਰਿਕਸ਼ਨ ਰੱਖੇਗੀ ਔਰ ਇੱਕ ਪਾਸਾ ਸੜਕ ਦਾ ਬੰਦ ਰੱਖਿਆ ਜਾਏਗਾ। ਇਸ ਤੋਂ ਇਲਾਵਾ ਸਾਡੀ ਇੱਕ ਹੋਰ ਅਚੀਵਮੈਂਟ ਹੈ ਕਿ ਬਹੁਤ ਸਾਰੇ ਐਡਵਰਟਾਈਜ਼ਮੈਂਟ ਆਉਂਦੀਆਂ ਜਿਹੜੀਆਂ ਲੋਕਾਂ ਨੂੰ, ਜਿਵੇਂ 2-ਵੀਲਰ ਦੀ ਅਸੀਂ ਰੀਸੈਂਟਲੀ ਬਜਾਜ ਪਲਸਰ ਨੇ ਐਡਵਰਟਾਈਜ਼ਮੈਂਟ ਕੀਤੀ ਹੈ ਕਿ ਜਿਹਦੇ ਵਿੱਚ ਇੱਕ ਮੋਟਰਸਾਈਕਲ ਚਲਾ ਰਿਹਾ, ਚਲਾਉਂਦੇ ਹੋਏ ਉਹ ਬੱਚਿਆਂ ਨਾਲ ਫੁੱਟਬਾਲ ਖੇਡ ਰਿਹਾ, ਫਿਰ ਚਲਾਉਂਦਾ ਹੋਇਆ ਉਹ ਮੋਟਰਸਾਈਕਲ ਦੇ ਉੱਪਰ ਪੁੱਠਾ ਹੋ ਜਾਂਦਾ, ਸਟੰਟ ਕਰਦਾ ਕਿ ਸਿਰ ਥੱਲੇ ਅਤੇ ਪੈਰ ਉੱਪਰ ਕਰ ਲੈਂਦਾ। ਇਹੋ ਜਿਹੜੀਆਂ ਐਡਵਰਟਾਈਜ਼ਮੈਂਟ ਸੀ ਉਹਦੇ ਅਗੇਂਸਟ ਅਸੀਂ ਕੰਮ ਕਰਦੇ ਹਾਂ। ਐਡਵਰਟਾਈਜ਼ਿੰਗ ਸਟੈਂਡਰਡ ਕਾਉਂਸਲ ਆਫ ਇੰਡੀਆ ASCI ਉਹਨੂੰ ਕਹਿੰਦੇ ਆ, ਅਸੀਂ ਉਹਦੇ 'ਚ ਕੰਪਲੇਂਟ ਦਰਜ ਕਰਾਈ, ਉਹਦੀ ਬਕਾਇਦਾ ਪੈਰਵੀ ਹੋਈ, 2 ਵਾਰੀ ਉਹਦੇ 'ਤੇ ਰਿਵਿਊ ਹੋਇਆ, ਉਸ ਤੋਂ ਬਾਅਦ ਬਜਾਜ ਪਲਸਰ ਦੀ ਉਹ ਐਡ ਬੰਦ ਕਰ ਦਿੱਤੀ। ਹਰਪ੍ਰੀਤ ਜੀ, ਬੜੀ ਸਾਰੀ ਗੱਲਾਂ ਤੁਸੀਂ ਦੱਸੀਆਂ ਰਿਗਾਰਡਿੰਗ ਤੁਸੀਂ ਕਿੱਦਾਂ ਕੰਮ ਕਰਦੇ ਹੋ, ਆਪਣਾ ਜਿਹੜੀ ਜਿਹੜੀ ਅਚੀਵਮੈਂਟ ਤੁਹਾਨੂੰ ਹਾਸਿਲ ਹੋਈਆਂ, ਔਰ ਕੁਛ ਅਜਿਹੀ ਚੀਜ਼ਾਂ ਸੀ ਜਦੋਂ ਅਸੀਂ ਵੀ ਛੋਟੇ ਹੁੰਦੇ ਸੀ ਸਾਨੂੰ ਵੀ ਨਹੀਂ ਪਤਾ ਸੀ, ਸਾਨੂੰ ਸਕੂਲ ਵਾਲੇ ਬਹੁਤ ਵਾਰ ਅਜਿਹੇ ਹੀ ਰੈਲੀਆਂ ਦੇ ਵਿੱਚ ਜਾਂ ਫਿਰ ਰੋਡ ਦੇ ਉੱਤੇ ਲੈ ਕੇ ਜਾਂਦੇ ਸੀ, ਸਪੈਸ਼ਲੀ ਅਜਿਹੇ ਸਲੋਗਨ ਰਾਈਟਿੰਗ ਨੂੰ ਲੈ ਕੇ, ਹਾਂ ਬਹੁਤ ਸਾਰੇ ਅਸੀਂ ਪਾਣੀ ਬਚਾਓ ਔਰ ਅਸੀਂ ਏਦਾਂ ਕਰਕੇ ਲੈ ਕੇ ਜਾਂਦੇ, ਬਹੁਤ ਸਾਰੀ ਚੀਜ਼ਾਂ ਹੈ ਜੋ ਕਿ ਇਹ ਆਈ ਓਪਨਿੰਗ ਹੈ ਕਿ ਤੁਸੀਂ ਉਸਦੇ ਲਈ ਇੰਨਾ ਸਾਰਾ ਕੰਮ ਕੀਤਾ ਔਰ ਕਿੱਦਾਂ ਉਹ ਨਹੀਂ ਲੈ ਜਾ ਸਕਦੇ ਸਕੂਲਸ ਵਿਦਆਊਟ ਦ ਕੰਸੈਂਟ ਟੇਕਿੰਗ ਫਰੋਮ ਦੇਅਰ ਪੇਰੈਂਟਸ। ਦੈਟਸ ਐਨ ਅਵੇਅਰਨੈਸ ਫੋਰ ਅਸ ਈਵਨ, ਔਰ ਬੀਇੰਗ ਅ ਕਮਿਊਨਿਟੀ ਰੇਡੀਓ ਸਾਡੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਜਿਹੜੇ ਵੀ ਡਾਊਟਸ ਨੇ ਉਹ ਲੋਕਾਂ ਦੇ ਕਲੀਅਰ ਹੋਣ ਤੇ ਰੂਟਸ ਤੱਕ ਉਹਨਾਂ ਨੂੰ ਸੋਲੂਸ਼ਨ ਮਿਲਣ, ਜੋ ਕਿ ਅਸੀਂ ਤੁਹਾਡੇ ਰਾਹੀਂ ਵੀ ਸਾਨੂੰ ਮਿਲ ਰਹੇ ਨੇ। ਹਰਪ੍ਰੀਤ ਜੀ, ਅੱਜ ਤੋਂ ਇੱਕ ਬੜੇ ਹੀ ਰਿਸਪੋਂਸੀਬਲ ਡੇ ਦੀ ਸ਼ੁਰੂਆਤ ਹੈ, ਯੂਵਨ ਜੇ ਗਲੋਬਲ ਸੇਫਟੀ ਵੀਕ ਦੀ ਜੇ ਗੱਲ ਕੀਤੀ ਜਾਏ, ਜਿਹੜਾ ਇਸ ਹਫ਼ਤਾ ਪੂਰਾ ਏਦਾਂ ਹੀ ਚੱਲਣ ਵਾਲਾ ਹੈ ਜੋ ਕਿ ਸਪੀਡ ਲਿਮਿਟ ਦੇ ਉੱਤੇ ਹੈਗਾ, ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਐਸ ਬੀਇੰਗ ਅ ਕਮਿਊਨਿਟੀ ਰੇਡੀਓ ਅਸੀਂ ਆਵਾਜ਼ ਬਣੇ ਹਾਂ ਇੰਨੇ ਗ੍ਰੇਟ ਇਨੀਸ਼ੀਏਟਿਵ ਦੀ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਇਨੀਸ਼ੀਏਟਿਵ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ? ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਯੂਨਾਈਟਿਡ ਨੇਸ਼ਨ ਗਲੋਬਲ ਰੋਡ ਸੇਫਟੀ ਵੀਕ ਹੈ ਕੀ। ਅਸਲ ਦੇ ਵਿੱਚ 2007 ਦੇ ਵਿੱਚ ਸ਼ੁਰੂ ਹੋਇਆ, ਇਹ UN ਜਨਰਲ ਅਸੈਂਬਲੀ ਨੇ ਸਭ ਨੂੰ ਆਪਣੇ ਜਿੰਨੇ ਵੀ WHO ਔਰ ਉਹਦੇ ਜਿਹੜੇ ਰੀਜਨਲ ਕਮਿਸ਼ਨ ਹੈ ਸਭ ਨੂੰ ਕਿਹਾ ਕਿ ਤੁਸੀਂ ਪੀਰੀਓਡਿਕਲੀ ਇਹਨੂੰ ਔਰਗਨਾਈਜ਼ ਕਰੋ। ਅਸਲ 'ਚ ਹੋਣਾ ਇਹ 2 ਸਾਲ ਬਾਅਦ ਹੁੰਦਾ, ਲੇਕਿਨ 2007 ਤੋਂ ਬਾਅਦ 2013 'ਚ ਔਰ ਲੇਕਿਨ ਉਸ ਤੋਂ 2015 ਤੋਂ ਬਾਅਦ ਇਹ ਰੈਗੂਲਰਲੀ ਹੋ ਰਿਹਾ। ਹਰ ਸਾਲ ਇਹਦਾ ਕੋਈ ਨਾ ਕੋਈ ਪਰਟੀਕੁਲਰ ਥੀਮ ਹੁੰਦਾ ਹੈ ਜਿਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਇਹਦੀ ਅਵੇਅਰਨੈਸ ਕੀਤੀ ਜਾਂਦੀ ਹੈ ਉਸ ਥੀਮ ਦੀ। ਇਸ ਟਾਈਮ ਇਸ ਸਾਲ ਜਿਹੜਾ ਇਹ 17 ਤਰੀਕ ਤੋਂ 23 ਮਈ ਤੱਕ ਚੱਲ ਰਿਹਾ, ਦਾ ਥੀਮ ਹੈ ਸਟਰੀਟਸ ਫਾਰ ਲਾਈਫ, 30 ਕਿਲੋਮੀਟਰ ਸਪੀਡ ਲਿਮਿਟ ਇਨ ਦਾ ਸਿਟੀਜ਼ ਅਕਰੋਸ ਦਾ ਗਲੋਬ। ਮਤਲਬ ਸ਼ਹਿਰਾਂ ਦੇ ਵਿੱਚ, ਰੈਜੀਡੈਂਸ਼ੀਅਲ ਏਰੀਆ ਦੇ ਵਿੱਚ 30 ਕਿਲੋਮੀਟਰ ਸਪੀਡ ਹੋਣੀ ਚਾਹੀਦੀ ਹੈ, ਜਿੱਥੇ ਟ੍ਰੈਫਿਕ ਤੇ ਜਿਹੜੇ ਵਲਨਰੇਬਲ ਰੋਡ ਯੂਜ਼ਰ ਨੇ ਜਿਵੇਂ ਕਿ ਸਾਈਕਲਿਸਟ ਹੈ, ਪੈਡੀਸਟ੍ਰੀਅਨ ਹੈ, ਚਿਲਡਰਨ ਹੈ, ਸਾਡੇ ਐਲਡਰ ਜਿਹੜੇ ਹੈਗੇ ਆ, ਫੈਮਿਲੀ ਮੈਂਬਰ ਹੈ, ਇਹਨਾਂ ਦਾ ਆਪਸ ਦੇ ਵਿੱਚ ਜਦੋਂ ਕਨਫਲਿਕਟ ਹੈ, ਉਸ ਜਗ੍ਹਾ ਦੇ ਉੱਪਰ 30 ਕਿਲੋਮੀਟਰ ਦੀ ਸਪੀਡ ਲਿਮਿਟ ਹੋਣੀ ਚਾਹੀਦੀ। 30 ਕਿਲੋਮੀਟਰ ਦੀ ਸਪੀਡ ਲਿਮਿਟ ਜਿਹੜੀ ਹੈ ਕਿ ਇੱਕ ਸੇਫ ਸਪੀਡ ਲਿਮਿਟ ਗਿਣੀ ਜਾਂਦੀ ਹੈ। ਇਹਦੇ ਨਾਲ ਜਿਹੜਾ ਜੇ ਸਰਵਾਈਵਿੰਗ ਰੇਟ ਇੱਕ ਸਟੱਡੀ ਦੇ ਮੁਤਾਬਕ WHO ਦੀ 99% ਸਰਵਾਈਵਿੰਗ ਰੇਟ ਹੈ, ਜੇ ਤੁਹਾਡਾ ਕਿਸੇ ਨਾਲ ਕਨਫਲਿਕਟ ਹੋ ਵੀ ਜਾਂਦਾ ਤਾਂ ਇਹ ਸੇਫ ਸਪੀਡ ਜਾਂਦੇ। ਇਸ ਕਰਕੇ ਗਲੋਬਲ ਯੂਨਾਈਟਿਡ ਨੇਸ਼ਨ ਨੇ ਇਹ ਕਿਹਾ ਕਿ ਇਹਦੀ ਅਵੇਅਰਨੈਸ ਇਸ ਦੇ ਵਿੱਚ ਕੀਤੀ ਜਾਣੀ ਹੈ। ਉਹਨਾਂ ਨੇ ਪੋਲੀਟੀਕਲ ਕਮਿਟਮੈਂਟ ਮੰਗੀ ਹੈ ਆਪਣੇ ਜਿੰਨੇ ਵੀ ਪੋਲਿਸੀ ਮੇਕਰਸ ਨੇ, ਲੋਕਾਂ ਦੀ ਜਿਹੜੀ ਸਪੋਰਟ ਹੈ ਉਹ ਮੰਗੀ ਹੈ। ਇਸ ਸਿਲਸਿਲੇ ਦੇ ਵਿੱਚ ਅਸੀਂ ਪੂਰੇ ਵੀਕ ਦੇ ਵਿੱਚ, ਕਿਉਂਕਿ ਥੋੜ੍ਹੇ ਕੋਵਿਡ ਦੀਆਂ ਰਿਸਟ੍ਰਿਕਸ਼ਨ ਹੋਣ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖੁੱਲ੍ਹ ਕੇ ਨਹੀਂ ਕੀਤੀਆਂ ਜਾ ਸਕਦੀਆਂ, ਲੇਕਿਨ ਅਸੀਂ ਇੱਕ ਪੋਲਿਸੀ ਮੇਕਰ ਅਤੇ ਡਿਸੀਜ਼ਨ ਮੇਕਰ ਦੇ ਕੋਲੋਂ ਕਮਿਟਮੈਂਟ ਦੀ
ਡਰਾਈਵ ਸ਼ੁਰੂ ਕੀਤੀ ਹੈ, ਕਿਉਂਕਿ ਉਹਨਾਂ ਕੋਲ ਅਸੀਂ ਕਮਿਟਮੈਂਟ ਮੰਗੀ ਹੈ ਕਿ ਹਾਂ ਤੁਸੀਂ ਇਹਨਾਂ ਨੂੰ ਇਨਫੋਰਸ ਕਰੋਗੇ ਆਪਣੇ ਆਪਣੇ ਏਰੀਏ ਦੇ ਵਿੱਚ, ਇਹਦੇ 'ਤੇ ਕੋਈ ਪੋਲਿਸੀ ਬਣਾਓਗੇ। ਹੁਣ ਜਿਸ ਤਰ੍ਹਾਂ ਅਸੀਂ ਜੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 25 ਕਿਲੋਮੀਟਰ ਸਪੀਡ ਲਿਮਿਟ, 25 ਕਿਲੋਮੀਟਰ ਦੀ ਜਿਹੜੀ ਸਪੀਡ ਲਿਮਿਟ ਹੈ ਉਹ ਆਲਰੇਡੀ ਨੋਟੀਫਾਈਡ ਹੈ ਅਰਾਊਂਡ ਸਕੂਲਸ, ਸੇਫ ਸਕੂਲ ਵਾਹਨ ਪੋਲਿਸੀ ਦੇ ਤਹਿਤ ਉਹ ਨੋਟੀਫਾਈਡ ਹੈ। ਲੇਕਿਨ ਬਹੁਤ ਸਾਰੇ ਜਗ੍ਹਾ 'ਤੇ ਲੋਕਾਂ ਨੂੰ ਉਸ ਬਾਰੇ ਪਤਾ ਹੀ ਨਹੀਂ ਹੈ, ਮਿਊਨਸਪੈਲਿਟੀ ਨੂੰ ਵੀ ਨਹੀਂ ਪਤਾ, ਐਜੂਕੇਸ਼ਨ ਡਿਪਾਰਟਮੈਂਟ ਨੂੰ ਨਹੀਂ ਪਤਾ ਕਿ ਇੱਥੇ 25 ਕਿਲੋਮੀਟਰ ਦੀ ਸਪੀਡ ਲਿਮਿਟ ਹੈ। ਤਾਂ ਇਸ UN ਵੀਕ ਦੇ ਵਿੱਚ ਔਰ ਇਸ ਤੋਂ ਬਾਅਦ ਸਾਡਾ ਸਭ ਤੋਂ ਮੇਨ ਕੰਮ ਹੋਏਗਾ ਕਿ ਜਿਹੜੀ ਇਹ 25 ਕਿਲੋਮੀਟਰ ਦੀ ਸਪੀਡ ਲਿਮਿਟ ਹੈ ਇਸ ਨੂੰ ਇੰਪਲੀਮੈਂਟ ਕਰਾਇਆ ਜਾਏ ਗਰਾਊਂਡ ਲੈਵਲ ਤੱਕ। ਮੋਹਾਲੀ ਦੇ ਵਿੱਚ ਥੈਂਕਸ ਟੂ ਦਾ ਡਿਪਟੀ ਕਮਿਸ਼ਨਰ, ਰੀਜਨਲ ਟਰਾਂਸਪੋਰਟ ਅਥਾਰਟੀ, ਮਿਊਨਸਪੈਲਿਟੀ ਆਫ ਮੋਹਾਲੀ, ਬਹੁਤ ਸਾਰੀਆਂ ਜਗ੍ਹਾ 'ਤੇ 25 ਕਿਲੋਮੀਟਰ ਸਕੂਲ ਦੇ ਜਿਹੜੇ ਸਾਹਮਣੇ ਇਹ ਵਾਲੇ ਬੋਰਡ ਲੱਗ ਚੁੱਕੇ ਹੋਏ ਆ ਆਲਰੇਡੀ। ਅਸੀਂ ਇਹ ਮੰਗ ਕਰਾਂਗੇ ਪੰਜਾਬ ਸਰਕਾਰ ਕੋਲ ਔਰ ਕੋਸ਼ਿਸ਼ ਕਰਾਂਗੇ ਕਿ 6 ਮਹੀਨਿਆਂ ਦੇ ਵਿੱਚ ਕੋਵਿਡ ਖਤਮ ਹੋਣ ਤੋਂ ਬਾਅਦ ਇਸ ਸਾਲ ਦੇ ਵਿੱਚ ਵਿੱਚ ਅਸੀਂ ਇਹ ਸਾਰੇ ਪੰਜਾਬ ਦੇ ਵਿੱਚ ਇਹ ਵਾਲੀ ਪਾਲਿਸੀ ਨੂੰ ਇਨਫੋਰਸਮੈਂਟ ਕਰਾ ਦਈਏ। ਇਹ ਸਾਡਾ ਸਭ ਤੋਂ ਵੱਡਾ ਟਾਰਗੇਟ ਹੋਏਗਾ ਜੀ। ਜੇ ਅੱਜ ਦੇ ਟਾਈਮ ਦੀ ਗੱਲ ਕੀਤੀ ਜਾਏ, ਜਿਵੇਂ ਕਿ ਤੁਸੀਂ ਦੱਸਿਆ ਕਿ ਡਿਊ ਟੂ ਦਿਸ ਕੋਵਿਡ, ਡਿਊ ਟੂ ਮੇਨਟੇਨਿੰਗ ਦਿਸ ਸੋਸ਼ਲ ਡਿਸਟੈਂਸਿੰਗ, ਤੁਸੀਂ ਵਰਚੁਅਲੀ ਇਸ ਐਕਟੀਵਿਟੀ ਨੂੰ ਅੱਗੇ ਵਧਾ ਰਹੇ ਹੋ, ਚਾਹੇ ਰੇਡੀਓ ਪੰਜਾਬ ਦੇ ਰਾਹੀਂ, ਚਾਹੇ ਆਪਣੇ ਪਰਸਨਲੀ ਔਨ ਗਰਾਊਂਡ ਨਾ ਜਾਂਦੇ ਹੋਏ ਤੁਸੀਂ ਵਰਚੁਅਲੀ ਲੋਕਾਂ ਤੱਕ ਇਹ ਮੈਸੇਜ ਨੂੰ ਪਹੁੰਚਾ ਰਹੇ ਹੋ, ਡਿਜੀਟਲੀ ਲੋਕਾਂ ਤੱਕ ਇਹ ਮੈਸੇਜ ਪਹੁੰਚਾ ਰਹੇ ਹੋ ਕਿ ਸਪੀਡ ਲਿਮਿਟ ਕਿੰਨੀ ਜ਼ਿਆਦਾ ਜ਼ਰੂਰੀ ਹੈ ਔਰ 99.9% ਤੱਕ ਜਿਹੜੀ ਡੈਥ ਹੈ ਜਿਹੜਾ ਰੋਡ ਐਕਸੀਡੈਂਟ ਤੋਂ ਹੁੰਦੀ ਹੈ ਉਸ ਨੂੰ ਰੋਕ ਸਕਦੀ ਹੈ। ਹਰਪ੍ਰੀਤ ਜੀ, ਮੇਰਾ ਇੱਕ ਸਵਾਲ ਹੈ ਕਿ ਜਿਵੇਂ ਕਿ ਤੁਸੀਂ ਦੱਸਿਆ ਕਿ ਇੱਕ ਐਡ ਨੂੰ ਤੁਸੀਂ ਆਪਣਾ ਓਬਜੈਕਟ ਕੀਤਾ ਸੀ, ਉਹਦਾ ਹੀ ਬੜੇ ਸਾਰੇ ਪੇਰੈਂਟਸ ਅਜਿਹੇ ਹੁੰਦੇ ਨੇ ਜਿਹੜੇ ਕਿ ਬੱਚਿਆਂ ਨੂੰ ਲਾਡ ਦੇ ਵਿੱਚ ਬਰਥਡੇਜ਼ ਦੇ ਉੱਤੇ ਜਾਂ ਉੱਦਾਂ ਹੀ ਬੜੀ ਜਲਦੀ ਉਹਨਾਂ ਨੂੰ ਵਹੀਕਲ ਦੇ ਦਿੰਦੇ ਨੇ। ਅਸੀਂ ਵੀ ਜਾਣਦੇ ਹਾਂ ਕਿ ਬੜੇ ਸਾਰੇ ਕੇਸਿਸ ਹੋਏ ਅਜਿਹੇ, ਲਾਈਕ ਜਿਹੜੇ ਸਾਡੇ ਐਕਸ ਸਾਡੇ ਕ੍ਰਿਕਟਰ ਕੈਪਟਨ ਰਹੇ ਨੇ ਮੁਹੰਮਦ ਅਰਜ਼ਰੂਦੀਨ, ਸਨ ਡਾਈਡ ਇਨ ਰੋਡ ਹਾਈ ਸਪੀਡ ਬਾਈਕ ਦੀ ਵਜ੍ਹਾ ਦੇ ਨਾਲ, ਹੋਰ ਵੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ। ਤੇ ਤੁਸੀਂ ਮਾਪਿਆਂ ਨੂੰ ਰੇਡੀਓ ਦੇ ਰਾਹੀਂ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਜਦੋਂ ਮੈਂ ਵੀ ਕਈ ਵਾਰ ਆਫਿਸ ਆਉਂਦੀ ਹਾਂ ਤੇ ਮੈਂ ਵੇਖਿਆ ਕੁਛ ਛੋਟੇ ਬੱਚੇ, ਮੈਨੂੰ ਲੱਗਦਾ ਮੁਸ਼ਕਿਲ ਨਾਲ 13-14 ਸਾਲ ਦੇ ਬੱਚੇ ਟਰੈਕਟਰ ਚਲਾਉਂਦੇ ਮੈਂ ਵੇਖੇ ਨੇ, ਪਿੱਛੇ ਉਹਨਾਂ ਦੇ ਘਰ ਦੇ ਹੀ ਫੈਮਿਲੀ ਮੈਂਬਰ ਬੈਠੇ ਹੁੰਦੇ ਨੇ, ਲੇਕਿਨ ਬੱਚਾ ਟਰੈਕਟਰ ਚਲਾ ਰਿਹਾ ਹੁੰਦਾ। ਤੇ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਪਿੰਡਾਂ ਦੇ ਵਿੱਚ ਇਹ ਗੱਲ ਆਮ ਹੈ ਕਿ ਮੁੰਡਾ ਸਾਡਾ ਵੱਡਾ ਹੋ ਗਿਆ, ਉਹਨਾਂ ਨੂੰ ਵਹੀਕਲ ਦੇ ਦਿਓ। ਮੈਮ, ਐਕਚੁਅਲੀ ਬੀਇੰਗ ਐਗਰੀਕਲਚਰ ਸਟੇਟ ਹੋਣ ਦੇ ਕਰਕੇ ਜਿਹੜਾ ਟਰੈਕਟਰ ਹੈ ਇਹ ਸਾਡੇ ਬੱਚਿਆਂ ਦੇ ਵਿੱਚ ਡਰਾਈਵਿੰਗ ਸਕਿੱਲ ਨੂੰ ਪ੍ਰਮੋਟ ਕਰਨ ਲਈ, ਉਹਨਾਂ ਦਾ ਹੌਸਲਾ ਵਧਾਉਣ ਲਈ ਸਭ ਤੋਂ ਯੂਜ਼ਫੁੱਲ ਆ ਜਾਂਦਾ ਹੈ। ਕਾਰਨ ਉਹਦਾ ਇਹ ਕੀ ਹੈ ਕਿ ਟਰੈਕਟਰ ਖੇਤ ਦੇ ਵਿੱਚ ਚਲਾ ਰਿਹਾ, ਉਹਦੇ ਵਿੱਚ ਕੋਈ ਵੀ ਟ੍ਰੈਫਿਕ ਵਹੀਕਲ ਨਹੀਂ ਆਉਣਾ, ਕੋਈ ਵੀ ਓਬਸਟ੍ਰਕਸ਼ਨ ਨਹੀਂ ਹੈ। ਤਾਂ ਪੇਰੈਂਟ ਉਹਨੂੰ ਕਹਿੰਦੇ ਵੀ ਜਾਂ ਬੱਚਾ ਖੁਦ ਹੀ ਕਹਿ ਰਿਹਾ ਸੀਰੀ ਕੋਲੋਂ ਜਾਂ ਉਹਦੇ ਆਪਣੇ ਬ੍ਰਦਰ ਕੋਲੋਂ ਜਾਂ ਫਰੈਂਡ ਕੋਲੋਂ, ਉਹ ਫੜ ਲੈਂਦਾ ਉਹਦਾ ਸਟੇਅਰਿੰਗ ਤਾਂ ਕਿ ਉਹ ਆਪਣੇ ਸਕਿੱਲਸ ਨੂੰ ਥੋੜ੍ਹਾ ਜਿਹਾ ਪੋਲਿਸ਼ ਕਰ ਲਏ, ਲੇਕਿਨ ਉਹਦੇ 'ਚ ਕੋਈ ਡੈਟਰੈਂਟ ਨਹੀਂ ਹੈ। ਇਸ ਕਰਕੇ ਉਹ ਟਰੈਕਟਰ ਤੋਂ ਹੀ ਸ਼ੁਰੂਆਤ ਕਰਦੇ ਜਿੱਥੋਂ ਉਹਨਾਂ ਦਾ ਹੌਸਲਾ ਵੱਧ ਹੈ ਜੀ, ਲੇਕਿਨ ਰੋਡ ਦੇ ਉੱਤੇ ਮੈਂ ਚਲਾਉਂਦੇ ਵੇਖਿਆ ਰੋਡ ਦੇ ਵੀ। ਹੁਣ ਮੁੱਦਾ ਇਹ ਆ ਜਾਂਦਾ ਕਿ ਜਿਹੜੇ ਸਾਡੇ ਬੱਚਿਆਂ ਨੂੰ ਦੇਣਾ, ਅਸੀਂ ਪੇਰੈਂਟਸ ਨੂੰ ਇਹ ਕਹਿੰਦੇ ਹਾਂ ਕਿ ਤੁਸੀਂ ਇਹਨਾਂ ਨੂੰ ਇਹ ਗਿਫਟ ਨਹੀਂ ਦੇ ਰਹੇ, ਤੁਸੀਂ ਉਹਨਾਂ ਨੂੰ ਇੱਕ ਮੌਤ ਦਾ ਸਮਾਨ ਦੇ ਰਹੇ ਹੋ। ਸਾਡੀ ਐਡਵੋਕੇਸੀ ਦੇ ਵਿੱਚ ਅਸੀਂ ਇਹ ਵਰਡ ਯੂਜ਼ ਕਰਦੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਨਮ ਦਿਨ ਦਾ ਗਿਫਟ ਨਹੀਂ ਦੇ ਰਹੇ, ਮੌਤ ਦਾ ਸਮਾਨ ਗਿਫਟ ਕਰ ਰਹੇ ਹੋ। ਸਕੂਲਾਂ ਦੇ ਨਾਲ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜੇ ਵੀ ਸਕੂਲ ਦੇ ਵਿੱਚ ਪਾਰਕਿੰਗ ਹੈ, ਜੇ ਕੋਈ ਬੱਚਾ ਅੰਡਰ ਏਜ ਹੈ ਤਾਂ ਉਸ ਬੱਚੇ ਨੂੰ ਅਲਾਊਡ ਨਾ ਕੀਤਾ ਜਾਏ ਵਹੀਕਲ ਅੰਦਰ ਲੈ ਕੇ ਆਉਣਾ ਉਸ ਜਗ੍ਹਾ ਦੇ ਉੱਪਰ। ਪੇਟੀਐਮ ਦੇ ਨਾਲ ਤੁਸੀਂ ਚੈੱਕ ਕਰੋ, ਪੇਰੈਂਟਸ ਨੂੰ ਕਨਵਿੰਸ ਕਰੋ ਇਹਦੇ ਉੱਪਰ। ਈਵਨ ਹੁਣ ਸਰਕਾਰ ਵੱਲੋਂ ਵੀ ਐਡੀ ਸਖ਼ਤ ਪੈਨਲਟੀ ਹੋ ਗਈ ਹੈ ਕਿ ਜੇ ਇੱਕ ਬੱਚਾ ਜਿਹੜਾ ਅੰਡਰ ਏਜ ਹੈ, ਜਿਹਦਾ ਲਾਇਸੈਂਸ ਨਹੀਂ ਬਣਿਆ, ਉਹ ਡਰਾਈਵ ਕਰ ਰਿਹਾ ਔਰ ਉਹਨੇ ਕੋਈ ਕ੍ਰੈਸ਼ ਕਰ ਦਿੱਤਾ ਜਾਂ ਕੋਈ ਇੰਜਰੀ ਕਰ ਦਿੱਤੀ ਹੈ, ਤਾਂ ਬੱਚੇ ਦੀ ਜਗ੍ਹਾ 'ਤੇ ਉਹਦੇ ਮਾਂ ਪਿਓ ਨੂੰ 3 ਸਾਲ ਤੱਕ ਕੈਦ ਹੋ ਸਕਦੀ ਹੈ ਔਰ 25,000 ਰੁਪਏ ਦੀ ਪੈਨਲਟੀ। ਇਹ ਹੈਦਰਾਬਾਦ ਦੇ ਵਿੱਚ ਤਾਂ ਉਹਨਾਂ ਨੇ ਇੱਕ ਚੰਗੀ ਪਿੱਛੇ ਜੇ ਕੋਵਿਡ ਤੋਂ ਪਹਿਲਾਂ ਇੱਕ ਡਰਾਈਵ ਕੀਤੀ ਜਿਹਦੇ ਵਿੱਚ ਸਾਰੇ ਹੀ ਅੰਡਰ ਏਜ ਬੱਚਿਆਂ ਦੇ ਪੇਰੈਂਟਸ ਨੂੰ ਉਹਨਾਂ ਨੇ ਜੇਲ ਕੀਤਾ। ਇਹ ਸਰਕਾਰ ਦਾ ਇੱਕ ਬੜਾ ਅੱਛਾ ਉਪਰਾਲਾ ਹੋ ਚੁੱਕਾ ਹੈ, ਲੇਕਿਨ ਥੋੜ੍ਹੀ ਜਿਹੀ ਨੌਲੇਜ ਅਜੇ ਵੀ ਪੇਰੈਂਟਸ ਨੂੰ ਘੱਟ ਹੈ ਵੀ ਹਾਂ ਅਜੇ ਪਤਾ ਨਹੀਂ ਹੈ, ਕਿਉਂਕਿ ਸਾਡੇ ਸ਼ਹਿਰਾਂ ਦੇ ਵਿੱਚ ਮਾਹੌਲ ਹੀ ਇਸ ਤਰ੍ਹਾਂ ਦਾ ਕਿ ਜਿਹੜੇ ਛੋਟੇ ਸ਼ਹਿਰ ਉਹਦੇ ਵਿੱਚ ਜਲਦੀ ਪੈਂਦੇ ਨੇ ਬੱਚੇ ਨੂੰ ਛੋਟਾ ਸਮਾਨ ਲਈ ਵੀ ਜਾਂ ਤੂੰ ਲਿਆ ਆਹ ਚੀਜ਼ ਲੈ ਜਾ ਲੈ, ਤਾਂ ਇਹ ਕਰਨਾ ਨਹੀਂ ਚਾਹੀਦਾ। ਇਹਦੇ ਨਾਲ ਬਹੁਤ ਜ਼ਿਆਦਾ ਇੰਜਰੀ ਔਰ ਬਹੁਤ ਜ਼ਿਆਦਾ ਰਿਸਕ ਹੈ। ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿ ਨਹੀਂ, ਜਿੰਨੀ ਦੇਰ ਤੱਕ ਤੁਹਾਡੀ ਏਜ ਨਹੀਂ ਆਏਗੀ, ਤੁਹਾਡੇ ਡਰਾਈਵਿੰਗ ਸਕਿੱਲਸ ਨਹੀਂ ਆ ਰਹੇ, ਤੁਸੀਂ ਕੋਈ ਵੀ 2-ਵੀਲਰ ਨਹੀਂ ਚਲਾਉਣਾ, ਕੋਈ ਵੀ ਵਹੀਕਲ ਨਹੀਂ ਚਲਾਉਣਾ। ਇਹਦੇ ਨਾਲ ਹੀ ਸਾਡੇ ਹੁਣੇ ਪਿੱਛੇ ਜੇ ਮਰਸਡੀਜ਼ ਦਾ ਇੱਕ ਐਕਸੀਡੈਂਟ ਹੋਇਆ ਮੋਹਾਲੀ ਦੇ ਵਿੱਚ, ਬਹੁਤ ਜ਼ਿਆਦਾ ਡੇਂਜਰਸ ਸੀ ਉਹ ਵੀ, ਇੱਕ ਬੱਚਾ 18 ਸਾਲ ਦੀ ਉਮਰ ਦਾ ਹੀ ਸੀ, ਉਹਦੇ ਕੋਲ ਲਾਇਸੈਂਸ ਵੀ ਨਹੀਂ ਸੀ। ਤਾਂ ਉਹ ਜੇ ਪੇਰੈਂਟਸ ਚੈੱਕ ਕਰਨਗੇ ਆਪਣੇ ਬੱਚਿਆਂ ਦੇ ਉੱਪਰ, ਚੈੱਕ ਰੱਖਣਗੇ ਹਾਂ ਚਲਾਨ ਦੇ ਵਿੱਚ ਵੀ
ਜਾਂ ਕਿੱਥੇ ਚਲਾ ਰਿਹਾ, ਕਿਹੜੀ ਗੱਡੀ ਚਲਾ ਰਿਹਾ, ਕੀ ਕਰ ਰਿਹਾ, ਤਾਂ ਮੇਰੇ ਖਿਆਲ ਦੇ ਵਿੱਚ ਅਸੀਂ ਇਹੋ ਜਿਹੀ ਕਈ ਕਾਰ ਉਜੜਨ ਤੋਂ ਬਚਾ ਸਕਦੇ ਹਾਂ। ਹਰਪ੍ਰੀਤ ਜੀ, ਜਿਵੇਂ ਕਿ ਤੁਸੀਂ ਹੁਣੇ ਰੋਡ ਸੇਫਟੀ ਦੇ ਉੱਤੇ ਗੱਲ ਕਰ ਰਹੇ ਹਾਂ, ਅਸੀਂ ਰੋਡ ਸੇਫਟੀ ਵੀਕ ਦੀ ਗੱਲ ਕਰ ਰਹੇ ਹਾਂ, ਸਪੀਡ ਲਿਮਿਟ ਦੀ ਗੱਲ ਕਰ ਰਹੇ ਹਾਂ, ਮੈਂ ਬਹੁਤ ਸਾਰੇ ਇਨਫੈਕਟ ਤੁਸੀਂ ਵੀ ਵੇਖੇ ਹੋਣੇ ਹੋ, ਤੁਸੀਂ ਤੇ ਸਪੈਸ਼ਲੀ ਰੋਕ ਕੇ ਗੱਡੀ ਉਹਨਾਂ ਨੂੰ ਟੋਕਦੇ ਵੀ ਹੋਣੇ ਹੋ, ਕਿਉਂਕਿ ਯੂ ਹੈਵ ਅ ਰਾਈਟ। ਅਸੀਂ ਬਹੁਤ ਵਾਰ ਅਜਿਹਾ ਹੁੰਦਾ ਕਿ ਲੋਕ ਸਾਡੇ ਨਾਲ ਉਹਦੀ ਗੁਜ਼ਰ ਜਾਂਦੇ ਨੇ, ਅਸੀਂ ਰੇਡੀਓ ਤੇ ਹੀ ਗੱਲ ਕਰਨੀ ਆ ਕਿ ਕਿਸੇ ਨੇ ਇੱਦਾਂ ਕੀਤਾ ਇੱਦਾਂ ਕੀਤਾ, ਤਾਂ ਕਿ ਕੋਈ ਸੁਣਨ ਵਾਲਾ ਅਜਿਹੀ ਚੀਜ਼ਾਂ ਨੂੰ ਫੋਲੋ ਨਾ ਕਰੇ। ਬਹੁਤ ਸਾਰੇ ਲੋਕ ਹੈਲਮਟ ਆਪਣੀ ਬਾਜੂ ਵਿੱਚ ਪਾ ਕੇ ਚੱਲਦੇ, ਬਹੁਤ ਵਾਰ ਵੇਖਿਆ ਅਸੀਂ। ਲਾਈਕ ਸਾਨੂੰ ਮਾਸਕ ਜੇ ਹਾਲੇ ਤੱਕ 1.5 ਸਾਲ ਤੱਕ ਸਹੀ ਤਰੀਕੇ ਨਾਲ ਪਾਉਣਾ ਨਹੀਂ ਆਇਆ, ਉੱਦਾਂ ਹੀ ਕਿੰਨੇ ਸਾਲ ਹੋ ਗਏ ਨੇ ਅਸੀਂ ਹੈਲਮਟ ਵੀ, ਜਦੋਂ ਕੋਈ ਲੱਗਦਾ ਕਿ ਨਾਕਾ ਹੈ ਜਾਂ ਪੁਲਿਸ ਹੈ ਸਾਹਮਣੇ, ਉਦੋਂ ਹੀ ਅਸੀਂ ਉਹ ਹੈਲਮਟ ਪਾ ਲੈਂਦੇ ਹਾਂ। ਤੇ ਜਿਹੜੇ ਹੱਥ ਵਿੱਚ ਹੈਲਮਟ ਹੈ ਪਾ ਕੇ ਰੱਖਦੇ ਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਉਹਨਾਂ ਵਾਸਤੇ ਮੈਮ ਇੱਕ ਛੋਟਾ ਜਿਹਾ ਹੀ ਇੱਕ ਹੈਗਾ, ਕਿਉਂਕਿ ਸਿਰ ਹੈ ਆਪਕਾ, ਮਰਜ਼ੀ ਹੈ ਆਪਕੀ, ਹੈ ਨਾ। ਮੈਨੂੰ ਆਈ ਐਮ ਫੇਲ ਟੂ ਅੰਡਰਸਟੈਂਡ ਕਿ ਇੱਕ ਪੁਲਿਸ ਵਾਲੇ ਦੇ ਨਾਲ ਜਾਂ ਇੱਕ ਡਾਕਟਰ ਨੂੰ ਕੀ ਫਰਕ ਪਏਗਾ ਜੇ ਅੱਜ ਇੱਕ ਬੰਦਾ ਸੜਕ ਦੇ ਉੱਪਰ ਹੈਲਮਟ ਤੋਂ ਬਿਨਾਂ ਡਿੱਗ ਕੇ ਮਰ ਜਾਂਦਾ। ਫਰਕ ਪੈਣਾ ਤੁਹਾਡੀ ਫੈਮਿਲੀ ਨੂੰ, ਤੁਹਾਡੇ ਮਦਰ ਨੂੰ, ਫਾਦਰ ਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੀ ਵਾਈਫ ਨੂੰ। ਪੁਲਿਸ ਦੇ ਵਾਸਤੇ ਇੱਕ ਰੂਟੀਨ ਵਰਕ ਹੈ, ਉਹਨਾਂ ਨੇ ਫਾਈਲਿੰਗ ਕਰਕੇ ਤੁਹਾਨੂੰ ਫ੍ਰੀ ਕਰ ਦੇਣਾ ਵੀ ਠੀਕ ਹੈ, ਫਿਨਿਸ਼। ਫਿਰ ਅਸੀਂ ਕਿਉਂ ਪੁਲਿਸ ਨੂੰ ਦੇਖ ਕੇ ਹੀ ਹੈਲਮਟ ਪਾਉਂਦੇ ਹਾਂ? ਇਸ ਲਈ ਸਾਨੂੰ ਆਪਣੀ ਇਹ ਅੰਦਰੋਂ ਇੱਕ ਫੀਲਿੰਗ ਲਿਆਉਣੀ ਚਾਹੀਦੀ ਹੈ ਕਿ ਜਿਹੜਾ ਹੈਲਮਟ ਪਾਉਣਾ ਹੈ ਇਹ ਚਲਾਨ ਬਚਾਉਣ ਵਾਸਤੇ ਨਹੀਂ ਹੈ, ਇਹ ਮੇਰੀ ਸੇਫਟੀ ਵਾਸਤੇ ਹੈ ਕਿ ਜੇ ਮੈਂ ਅੱਜ ਸਹੀ ਸਲਾਮਤ ਜਾ ਕੇ ਵਾਪਸ ਆਉਣਾ ਹੈ ਘਰ, ਤਾਂ ਮੈਨੂੰ ਆਪਣੀ ਕੋਈ ਇੰਜਰੀ ਨਾ ਹੋਏ, ਤਾਂ ਮੈਨੂੰ ਆਪਣੇ ਸਿਰ ਨੂੰ ਬਚਾ ਕੇ ਰੱਖਣਾ ਚਾਹੀਦਾ। ਇਨ ਕੇਸ ਜੇ ਹੈੱਡ ਇੰਜਰੀ ਦੇ ਨਾਲ ਬੰਦਾ ਮਰਦਾ ਨਹੀਂ, ਸਪੋਜ਼ ਉਹ ਪੈਰਾਲਾਈਜ਼ ਹੋ ਗਿਆ, ਤਾਂ ਦੇਖੋ ਉਹਦੀ ਫੈਮਿਲੀ ਦੇ ਉੱਪਰ ਕਿੰਨਾ ਵਰਡਨ ਹੋਰ ਵੱਧ ਗਿਆ। ਤੁਸੀਂ ਕਿਵੇਂ ਮਹਿਸੂਸ ਕਰੋਗੇ ਕਿ ਤੁਸੀਂ ਅਪਾਹਜ ਹੋ ਗਏ ਸਾਰੀ ਜ਼ਿੰਦਗੀ ਵਾਸਤੇ, ਮਤਾਜ ਹੋ ਗਏ, ਤਾਂ ਉਹਦੇ ਨਾਲ ਉਹ ਅੱਛਾ ਨਹੀਂ ਹੈ ਕਿ ਤੁਸੀਂ ਹੈਲਮਟ ਪਾਓ। ਔਰ ਹੈਲਮਟ ਦੇ ਬਾਰੇ ਵੀ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਕੱਲ੍ਹ ਜਿਹੜੇ ਰੋਡ ਸਾਈਡ ਵੈਂਡਰ ਹੈ ਉਹਨਾਂ ਕੋਲੋਂ ਹੈਲਮਟ ਨਾ ਖਰੀਦੋ। ਹੈਲਮਟ ਵਾਸਤੇ ਇੱਕ ਸਪੈਸੀਫਿਕੇਸ਼ਨ ਆ ਗਿਆ ਕਿ ISI ਮਾਰਕ ਦਾ ਹੈਲਮਟ ਹੋਣਾ ਚਾਹੀਦਾ। ਜੇ ਤੁਸੀਂ ਉਹ ਹੈਲਮਟ ISI ਦਾ ਸਾਈਨ ਬੋਰਡ ਤੁਹਾਡੇ ਨਹੀਂ ਲੱਗਾ ਹੋਇਆ ਸਾਈਨ, ਤਾਂ ਵੀ ਤੁਹਾਡਾ ਹੈਲਮਟ ਦਾ ਉਵੇਂ ਚਲਾਨ ਹੋਏਗਾ ਜਿਵੇਂ ਤੁਸੀਂ ਹੈਲਮਟ ਨਹੀਂ ਪਾਇਆ ਹੋਇਆ। ਦੂਸਰੀ ਗੱਲ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਕਿ ਜਿਵੇਂ ਹੈਲਮਟ ਸਿਰ 'ਤੇ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਹੈ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਸਟਰੈਪ ਨਹੀਂ ਕਰਦੇ। ਜੇ ਤੁਸੀਂ ਉਹਨੂੰ ਸਿਰ 'ਤੇ ਰੱਖ ਕੇ ਸਟਰੈਪ ਨਹੀਂ ਕੀਤਾ, ਤਾਂ ਵੀ ਤੁਹਾਡੀ ਹੈਲਮਟ ਪਾਏ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਤੁਹਾਡੇ ਕ੍ਰੈਸ਼ ਹੋਣ ਦੇ ਵਿੱਚ ਥੱਲੇ ਡਿੱਗਣ ਤੋਂ ਪਹਿਲੇ ਉਹ ਤੁਹਾਡੇ ਸਿਰ ਤੋਂ ਉਤਰ ਜਾਏਗਾ, ਤਾਂ ਇੰਜਰੀ ਤੁਹਾਨੂੰ ਜਿਹੜੀ ਹੋਏਗੀ ਓਨੀ ਹੀ ਸਵੀਅਰ ਹੋਏਗੀ। ਇਸ ਲਈ ਹੈਲਮਟ ਦੇ ਨਾਲ ਸਟਰੈਪ ਵੀ ਲਾਉਣਾ ਬੜਾ ਜ਼ਰੂਰੀ। ਅਸੀਂ ਪੁਲਿਸ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਕਾਈਂਡਲੀ ਜਦੋਂ ਤੁਸੀਂ ਹੈਲਮਟ ਦਾ ਚਲਾਨ ਕਰਦੇ ਤਾਂ ਚੈੱਕ ਕਿ ਉਹਨੇ ਸਟਰੈਪ ਹੈ। ਬਹੁਤ ਸਾਰੇ ਲੋਕਾਂ ਨੇ ਸਟਰੈਪ ਕੱਟੇ ਹੋਏ ਆ ਆਪਣੇ, ਕੱਟ ਕੇ ਸੁੱਟ ਦਿੱਤੇ ਹੋਏ ਆ, ਉਹ ਸਿਰ 'ਤੇ ਇੰਝ ਕੈਪ ਤਰ੍ਹਾਂ ਪਾ ਲੈਂਦੇ ਆ, ਤਾਂ ਇਹ ਵੀ ਇੱਕ ਬੜੀ ਅੱਛੀ ਡਰਾਈਵ ਹੈ। ਜੇ ਪੁਲਿਸ ਇਹਦੇ 'ਤੇ ਫੋਕਸ ਕਰੇ ਤਾਂ ਹੈਲਮਟ ਦੇ ਸਟਰੈਪ ਨੂੰ ਲੌਕ ਕੀਤਾ ਹੋਣਾ ਚਾਹੀਦਾ। ਜਿਵੇਂ ਤੁਸੀਂ ਗੱਲ ਕਹੀ ਸੀ ਨਾ ਕਿ ਮਰਜ਼ੀ ਹੈ ਆਪਕੀ ਆਖਿਰ ਸਿਰ ਹੈ ਆਪਕਾ, ਮੈਨੂੰ ਯਾਦ ਆਇਆ ਜਦੋਂ ਅਸੀਂ ਨਿੱਕੇ ਹੁੰਦੇ ਸੀ ਤੇ ਦੂਰਦਰਸ਼ਨ ਤੇ ਐਡ ਆਉਂਦੀ ਸੀ ਹੈ ਕਿ ਇੱਕ ਸਾਈਡ ਨਾਰੀਅਲ ਹੁੰਦਾ, ਇੱਕ ਸਾਈਡ ਹੈਲਮਟ ਦੇ ਵਿੱਚ ਨਾਰੀਅਲ ਹੁੰਦਾ, ਹਥੌੜਾ ਵੱਜਦਾ ਤੇ ਇੱਕ ਨਾਰੀਅਲ ਟੁੱਟ ਜਾਂਦਾ ਤੇ ਹੈਲਮਟ ਵਾਲਾ ਨਾਰੀਅਲ ਨਹੀਂ ਟੁੱਟਦਾ। ਬਿਲਕੁਲ ਉਹੀ ਗੱਲ ਹੈ, ਸਾਡੀ ਲਾਈਫ, ਸਾਡੀ ਜ਼ਿੰਦਗੀ ਸਾਡੀ ਹੈ, ਸਾਡੇ ਪਰਿਵਾਰ ਦੀ ਹੈ, ਔਰ ਐਕਚੁਅਲੀ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਜਿੰਨਾ ਕਿ ਫਰਕ ਸਾਡੀ ਫੈਮਿਲੀ ਤੇ ਸਾਨੂੰ ਪੈਣਾ। ਜੀ ਜੀ, ਇਹੀ ਸਮਝਣਾ ਹੈ, ਕਿਉਂਕਿ ਸਾਡਾ ਖੁਦ ਦਾ ਜਿਹੜੀ ਸਾਡੀ NGO ਦਾ ਸਾਡੀ ਟੈਗਲਾਈਨ ਹੀ ਹੈ ਕਿ ਰੋਡ ਸੇਫਟੀ ਇਜ਼ ਯੂਅਰ ਰਿਸਪੋਨਸਿਬਿਲਟੀ। ਐਗਜ਼ੈਕਟਲੀ, ਪੁਲਿਸ ਦੀ ਨਹੀਂ ਹੈ, ਰੋਡ ਸੇਫਟੀ ਇਜ਼ ਯੂਅਰ ਰਿਸਪੋਨਸਿਬਿਲਟੀ। ਔਰ ਇਸ ਦੇ ਤਹਿਤ ਅਸੀਂ ਗੱਲ ਕਰ ਰਹੇ ਹਾਂ ਸਾਡੇ ਨਾਲ ਹਰਪ੍ਰੀਤ ਜੀ ਨੇ, ਔਰ ਹਰਪ੍ਰੀਤ ਜੀ ਇੱਕ ਗੱਲ ਅਸੀਂ ਚਾਹੁੰਦੇ ਸੀ, ਜਿਵੇਂ ਕਿ ਤੁਸੀਂ ਦੱਸਿਆ ਕਿ ਬੱਚੇ ਬਹੁਤ ਸਾਰੇ ਅਜਿਹੇ ਵੇਖੇ ਨੇ ਜਿਹੜੇ ਕਿ ਅਚਾਨਕ ਤੁਸੀਂ ਜਾ ਰਹੇ ਹੋਗੇ ਪੈਦਲ, ਔਰ ਸਾਈਡ ਤੋਂ ਇੱਕ ਸਕੂਟਰ ਜਾਏਗਾ, ਸਪੈਸ਼ਲੀ ਇੱਕ ਬਾਈਕ ਜਾਏਗੀ ਜਿਹੜੀ ਸੜਕ ਤੇ ਝੂਮਦੀ ਹੋਈ ਜਾਏਗੀ ਔਰ ਸ਼ੋਰ ਮਚਾਉਂਦੀ ਜਾਏਗੀ, ਔਰ ਤੁਹਾਨੂੰ ਲੱਗੇਗਾ ਵੇਖ ਕੇ ਕਿ ਇਹ ਕੀ ਕਰ ਰਿਹਾ ਬੱਚਾ। ਤੇ ਇਹ ਜਿਹੜੇ ਸੜਕਾਂ ਦੇ ਉੱਤੇ ਅਟੈਂਸ਼ਨ ਪਾਉਣ ਦੇ ਲਈ ਜਾਂ ਫਿਰ ਸਟੰਟ ਕਰਦੇ ਹੋਏ ਜਿਹੜਾ ਯੂਥ ਜਾਂਦਾ, ਕਿਉਂਕਿ ਸਾਨੂੰ ਸੁਣਨ ਵਾਲੇ ਬਹੁਤ ਸਾਰੇ ਯੂਥ ਨੇ, ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਗ੍ਰੇਟ ਇਨੀਸ਼ੀਏਟਿਵ ਆ, ਰੇਡੀਓ ਪੰਜਾਬ ਨੂੰ ਸੁਣਨ ਵਾਲਾ ਬਹੁਤ ਸਾਰਾ ਯੂਥ ਹੈ, ਤੇ ਯੂਥ ਨੂੰ ਤੁਸੀਂ ਇੱਕ ਵਾਰੀ ਅਸੀਂ ਚਾਹੁੰਦੇ ਹਾਂ ਕਿ ਮੈਸੇਜ ਦਿਓ ਤੁਸੀਂ ਰੇਡੀਓ ਦੇ ਰਾਹੀਂ। ਮੈਂ ਬਹੁਤ ਮਤਲਬ ਮੇਰੇ ਲਈ ਯੂਥ ਨਾਲ ਜਦੋਂ ਗੱਲ ਕਰਨਾ ਬੜਾ ਵੱਡਾ ਇਨਕਰੇਜਮੈਂਟ ਹੁੰਦਾ ਹੈ ਮੇਰੇ ਲਈ, ਜਦੋਂ ਮੈਂ ਆਈ ਐਮ ਵੈਰੀ ਮੱਚ ਡਿਲਾਈਟਡ ਕਿ ਜਦੋਂ ਮੈਨੂੰ ਯੂਥ ਨਾਲ ਗੱਲ ਕਰਨ ਦਾ ਮੌਕਾ ਮਿਲਦਾ, ਕਿਉਂਕਿ ਮੈਂ ਦੱਸਣਾ ਚਾਹੁੰਦਾ ਕਿ ਇਸ ਟਾਈਮ ਜੇ ਸਾਡੇ ਸਾਰੀ ਦੁਨੀਆ ਦੇ ਵਿੱਚ, ਈਵਨ ਸਾਡੇ ਇੰਡੀਆ ਦੇ ਵਿੱਚ, ਜੇ ਸਭ ਤੋਂ ਜ਼ਿਆਦਾ ਸੜਕਾਂ ਦੇ ਉੱਪਰ ਕੋਈ ਮਰ ਰਿਹਾ ਤਾਂ ਸਾਡਾ ਯੂਥ ਮਰ ਰਿਹਾ। 5 ਸਾਲ ਤੋਂ 14 ਸਾਲ ਦੇ ਸਾਡੇ ਬੱਚੇ ਔਰ 15 ਸਾਲ ਤੋਂ 29 ਸਾਲ ਦਾ ਜਿਹੜਾ ਸਾਡਾ ਯੰਗ ਪੀਪਲ ਨੇ, ਇਹ ਸੜਕ ਹਾਦਸਿਆਂ ਦੇ ਵਿੱਚ ਮਰ ਰਿਹਾ। ਮੈਂ ਆਪਣੇ ਸਾਰੇ ਜਿੰਨੇ ਵੀ ਯੰਗ ਮੇਰੇ ਛੋਟੇ ਭਰਾ ਨੇ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ
ਤੁਹਾਡੇ ਵਾਸਤੇ ਸਭ ਤੋਂ ਵੱਡੀ ਜਿਹੜੀ ਡੈਥ ਦਾ ਕਾਰਨ ਹੈ ਉਹ ਏਡਸ ਨਹੀਂ ਹੈ, ਉਹ ਕੋਈ ਕਰੋਨਾ ਨਹੀਂ ਹੈ, ਉਹ ਮਲੇਰੀਆ ਨਹੀਂ ਹੈ, ਉਹ ਚੇਚਕ ਨਹੀਂ ਹੈ, ਮੀਜ਼ਲ ਨਹੀਂ ਹੈ, ਕੁਛ ਨਹੀਂ ਹੈ। ਤੁਹਾਡੇ ਵਾਸਤੇ ਨੰਬਰ 1 ਲੀਡਿੰਗ ਕੌਜ਼ ਹੈ ਰੋਡ ਟ੍ਰੈਫਿਕ ਇੰਜਰੀਜ਼। ਉਹਦੇ ਵਿੱਚ ਯੂਥ ਸਭ ਤੋਂ ਜ਼ਿਆਦਾ ਮਰ ਰਿਹਾ। ਇਹ ਮੈਂ ਮੈਸੇਜ ਬੜੀ ਵਾਰੀ ਅਸੀਂ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਸਰਮਾਇਆ ਹੋ, ਸਾਡੇ ਦੇਸ਼ ਦਾ, ਸਾਡੀ ਫੈਮਿਲੀ ਦਾ, ਸਾਡੇ ਫੈਮਿਲੀ ਦੇ, ਸਾਡੇ ਫਿਊਚਰ, ਸਭ ਚੀਜ਼ਾਂ ਤੁਹਾਡੇ ਉੱਪਰ ਡਿਪੈਂਡ ਰਹਿੰਦੀਆਂ, ਕਿਉਂਕਿ ਯੰਗ ਪਾਵਰ ਨੇ ਹੀ ਸਾਰੀਆਂ ਚੀਜ਼ਾਂ ਬਦਲਣੀਆਂ ਹੁੰਦੀਆਂ। ਪਰ ਇੱਕ ਪੈਟੀ ਇਸ਼ੂ ਹੈ ਕਿ ਦੇਖੋ, ਛੋਟੇ ਜਿਹੇ ਸਟੰਟ ਪਿੱਛੇ, ਛੋਟੀ ਜਿਹੀ ਇੱਕ ਰੇਸ ਪਿੱਛੇ, ਛੋਟੇ ਜਿਹੇ ਇੱਕ ਸਟਾਈਲ ਪਿੱਛੇ, ਜਾਂ ਇੱਕ ਝੂਠੇ ਔਰ ਫੇਕ ਇੰਪਰੈਸ਼ਨ ਪਿੱਛੇ ਤੁਸੀਂ ਆਪਣੀ ਲਾਈਫ ਨੂੰ ਥਰੈਟਫੁਲ ਕਰ ਲੈਂਦੇ ਹੋ। ਤਾਂ ਪਲੀਜ਼ ਰੋਡ ਟ੍ਰੈਫਿਕ ਦੇ ਉੱਪਰ ਜਿੰਨੇ ਵੀ ਰੂਲ ਹੈ ਉਹਨਾਂ ਨੂੰ ਓਬਜ਼ਰਵ ਕਰੋ, ਸੇਫਲੀ ਆਪਣੇ ਘਰ ਵਾਪਸ ਜਾਣ ਦੀ ਕੋਸ਼ਿਸ਼ ਰੱਖੋ। ਜਸਟ ਇਮੈਜਿਨ ਵਨ ਟਾਈਮ, ਹੈ ਨਾ, ਕਿ ਬੁਲਟ 'ਤੇ ਤਾਂ ਲੈ ਲਈ ਅਸੀਂ, ਲੈ ਲਿਆ, ਉਹਦਾ ਸਟਾਈਲ ਵੀ ਕਰ ਲਿਆ, ਕਿ ਵੰਸ ਰੱਬ ਨਾ ਕਰੇ ਜੇ ਕਦੇ ਅਸੀਂ ਅਪਾਹਜ ਹੋ ਗਏ, ਇੱਕ ਲੱਤ ਕੱਟੀ ਗਈ ਜਾਂ ਇੱਕ ਬਾਂਹ ਕੱਟੀ ਗਈ ਜਾਂ ਕਿਸੇ ਪਾਸਿਓਂ ਗੱਲ ਸੁਣਨਾ ਬੰਦ ਹੋ ਗਿਆ, ਦਿਖਣਾ ਬੰਦ ਹੋ ਗਿਆ, ਤਾਂ ਫਿਰ ਉਹ ਜਵਾਨੀ ਕਿਵੇਂ ਚੱਲਾਂਗੇ ਅਸੀਂ। ਤਾਂ ਇਸ ਲਈ ਮੈਂ ਅਪੀਲ ਕਰਨਾ ਚਾਹੁੰਦਾ ਕਿ ਯੂਥ, ਅੱਜ ਕੱਲ੍ਹ ਈਵਨ ਯੂਨਾਈਟਿਡ ਨੇਸ਼ਨ ਨੇ ਕੀ ਕੀਤਾ ਕਿ ਯੂਥ ਨੂੰ ਇਨਵਾਈਟ ਕੀਤਾ ਕਿ ਤੁਸੀਂ ਸਾਡੇ ਨਾਲ ਆਓ, ਕਲੇਮ ਯੂਅਰ ਸਪੇਸ, ਸਾਡੇ ਨਾਲ ਪੋਲਿਸੀ ਮੇਕਿੰਗ 'ਚ ਆਓ, ਤੁਸੀਂ ਦੱਸੋ ਕਿ ਕੀ ਤੁਹਾਨੂੰ ਪੋਲਿਸੀਜ਼ ਚਾਹੀਦੀਆਂ, ਕਿ ਆਪਾਂ ਬਣਾਈਆਂ ਪੋਲਿਸੀ ਤਾਂ ਕਿ ਯੂਥ ਟ੍ਰੈਫਿਕ ਜਿਹੜੇ ਰੂਲਸ ਆ ਉਹਨਾਂ ਨੂੰ ਓਬਜ਼ਰਵ ਕਰੇ। ਤਾਂ ਅਸੀਂ ਵੀ ਇਨਵਾਈਟ ਕਰਦੇ ਹਾਂ ਕਿ ਹਾਂ, ਯੰਗ ਪੀਪਲ ਨੂੰ ਅੱਗੇ ਆਉਣਾ ਚਾਹੀਦਾ, ਜਿਸ ਤਰ੍ਹਾਂ ਉਹ ਇੰਨੀਆਂ ਸਾਰੇ ਹੋਰ ਇਨੀਸ਼ੀਏਟਿਵ ਲੈਂਦੇ ਆ, ਤਾਂ ਰੋਡ ਸੇਫਟੀ ਦੇ ਉੱਪਰ ਵੀ ਉਹਨਾਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ, ਆਪਣੇ ਆਪ ਨੂੰ ਖੁਦ ਨੂੰ ਇੱਕ ਮਾਡਲ ਬਣਾ ਕੇ ਆਪਣੇ ਫੈਲੋ ਫਰੈਂਡਸ ਨੂੰ ਜਾਗਰੂਕ ਕਰਨਾ ਚਾਹੀਦਾ। ਬਹੁਤ ਸਾਰੀ ਗੱਲਾਂ ਕਰ ਵੀ ਚੁੱਕੇ ਹਾਂ, ਬਹੁਤ ਸਾਰੀ ਗੱਲਾਂ ਅਸੀਂ ਇਹ ਪੂਰਾ ਹਫਤਾ ਵੀ ਕਰਨ ਵਾਲੇ ਹਾਂ, ਕਿਉਂਕਿ ਯੂਨਾਈਟਿਡ ਨੇਸ਼ਨ ਗਲੋਬਲ ਰੋਡ ਸੇਫਟੀ ਵੀਕ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਔਰ ਸਾਡੇ ਨਾਲ ਹਰਪ੍ਰੀਤ ਜੀ ਜੁੜੇ ਹੋਏ ਨੇ। ਹਰਪ੍ਰੀਤ ਜੀ, ਰੇਡੀਓ ਤੇ ਗਾਣੇ ਸੁਣਨੇ ਆ ਅਸੀਂ, ਔਰ ਕਮਿਊਨਿਟੀ ਰੇਡੀਓ ਬੜਾ ਧਿਆਨ ਰੱਖਦਾ ਹੈ ਕਿ ਜਿਹੜੇ ਅਸੀਂ ਮਿਊਜ਼ਿਕ ਪਲੇਅ ਕਰੀਏ ਉਹਦੇ ਵਿੱਚ ਕੋਈ ਵੀ ਤਰੀਕੇ ਦੀ ਓਪਰਚੁਨਿਟੀ ਤੇ ਗਲਤ ਮੈਸੇਜ ਨਾ ਹੋਏ। ਤੇ ਤੁਸੀਂ ਕਿੰਨਾ ਵੱਡਾ ਰਿਸਪੋਂਸੀਬਲ ਮੰਨਦੇ ਹੋ ਗਾਣਿਆਂ ਨੂੰ ਵੀ, ਇਸ ਰੋਡ ਸੇਫਟੀ ਦੇ ਲਈ ਵੀ ਕਿੰਨੀ ਰਿਸਪੋਂਸੀਬਿਲਟੀ ਉਹਨਾਂ ਦੀ ਵੀ ਬਣਦੀ ਹੈ, ਤੇ ਕਿੰਨਾ ਕੁ ਉਸ ਦੀ ਵਜ੍ਹਾ ਦੇ ਨਾਲ ਵੀ ਸਪੋਇਲ ਹੋ ਰਿਹਾ। ਦੇਖੋ, ਇਹ ਸਾਰੀਆਂ ਚੀਜ਼ਾਂ ਦਾ ਇੰਪੈਕਟ ਪੈਂਦਾ ਹੀ ਹੈ ਜੀ। ਸੀਇੰਗ ਇਜ਼ ਬਿਲੀਵਿੰਗ, ਇੱਕ ਸਾਈਕੋਲੋਜੀ ਦੀ ਗੱਲ ਕਰੀਏ ਤਾਂ ਇੱਕ ਗੱਲ ਹੈ ਜੋ ਅਸੀਂ ਸੁਣਦੇ ਹਾਂ, ਬਾਏ ਬਰਥ ਇੱਕ ਬੱਚਾ ਚਾਹੇ ਪੰਜਾਬ 'ਚ ਜੰਮੇ ਚਾਹੇ ਚਾਈਨਾ 'ਚ ਜੰਮੇ, ਉਹਨੂੰ ਨਹੀਂ ਪਤਾ ਹੁੰਦਾ ਕਿ ਮੈਂ ਚਾਈਨੀਜ਼ ਬੋਲਣੀ ਹੈ ਕਿ ਮੈਂ ਪੰਜਾਬੀ ਬੋਲਣੀ ਹੈ। ਉਹ ਭਾਸ਼ਾ ਉਹੀ ਹੋ ਸਿੱਖਦਾ ਜੋ ਉਹਦੇ ਮਾਂ ਪਿਓ ਕਰ ਰਹੇ ਹੈ ਜਾਂ ਉਹਦੇ ਆਸ ਪਾਸ ਉਹਦਾ ਸਮਾਜ ਬੋਲ ਰਿਹਾ, ਤਾਂ ਉਹੀ ਉਹ ਭਾਸ਼ਾ ਉਹ ਸਿੱਖ ਲੈਂਦਾ। ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਵੀ ਚੀਜ਼ਾਂ ਹੋਣਗੀਆਂ, ਸਾਡਾ ਯੂਥ ਵੀ ਉਹਦੇ ਵੱਲ ਥੋੜ੍ਹਾ ਜਿਹਾ ਇਨਕਲਕੇਟ ਹੁੰਦਾ ਹੀ ਹੁੰਦਾ। ਹੁਣ ਗਾਣਾ ਚੱਲਿਆ ਇੱਕ, ਹਾਈ ਐਂਡ ਗੱਡੀਆਂ 150 'ਤੇ ਛੱਡੀਆਂ, ਫਿਰ ਬੱਚੇ ਗੱਲ ਕੀ ਕਰ ਰਹੇ ਆ ਕਿ ਫੁੱਲ ਸਪੀਡ 'ਤੇ ਚਲਾ ਰਹੇ ਆ, ਔਰ ਨਾਲ ਅੱਜ ਕੱਲ੍ਹ ਬੜਾ ਰਿਵਾਜ਼ ਹੈ ਕਿ ਗੱਡੀ ਡਰਾਈਵ ਕਰਦੇ ਹੋਏ ਫੋਨ ਔਨ ਕਰਕੇ ਬਾਹਰਲੀ ਰੋਡ ਦਾ ਉਹ ਵੀਡੀਓ ਬਣਾਉਂਦੇ ਆ, ਫਿਰ ਉਹਨੂੰ ਪੋਸਟ ਕਰਦੇ ਆ ਸੋਸ਼ਲ ਮੀਡੀਆ ਦੇ ਉੱਪਰ। ਇਹ ਸਾਰੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਕਿਸੇ ਤਰ੍ਹਾਂ ਦੀ ਕਿਸੇ ਵੀ ਇੰਡਲਜੈਂਸ 'ਚ ਨਹੀਂ ਪੈਣਾ ਚਾਹੁੰਦੇ ਅਸੀਂ, ਜਿੰਨੇ ਵੀ ਸਾਡੇ ਜਿਹੜੇ ਸਿੰਗਰਸ ਆ ਜਾਂ ਸਾਡੇ ਜਿਹੜੇ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਸਾਡੇ ਸਟਾਰਸ ਨੇ, ਸੈਲੀਬ੍ਰਿਟੀ ਨੇ, ਜਿੰਨੇ ਵੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਅਪੀਲ ਕਰਦੇ ਹਾਂ ਕਿ ਇੱਕ ਮਾਡਲ ਬਣ ਕੇ ਦਿਖਾਓ, ਤਾਂ ਕਿ ਸਾਡਾ ਯੂਥ, ਸਾਡੇ ਪੰਜਾਬੀ ਉਹਨਾਂ ਨੂੰ ਤੁਹਾਨੂੰ ਫੋਲੋ ਕਰ ਸਕਣ, ਓਬਜ਼ਰਵ ਕਰ ਸਕਣ ਤੁਹਾਨੂੰ। ਰੋਡ ਸੇਫਟੀ ਦੇ ਉੱਪਰ ਤਾਂ ਅਸੀਂ ਹਰ ਹਾਲ 'ਚ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਸੀਨ ਨਾ ਦਿਖਾਇਆ ਜਾਏ, ਕੋਈ ਵੀ ਗਾਣਾ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਇਨਕਲਕੇਟ ਕਰੇ ਜਾਂ ਇੰਸਟੀਗੇਟ ਕਰੇ ਬੱਚੇ ਨੂੰ ਵੀ ਹਾਂ ਮੈਂ ਇੰਨੀ ਤੇਜ਼ ਸਪੀਡ 'ਚ ਚਲਾਉਣਾ। ਬੜੀ ਜਲਦੀ ਅਸੀਂ ਇਹ ਸਭ ਚੀਜ਼ਾਂ ਦੇ ਉੱਪਰ ਭਾਰਤ ਸਰਕਾਰ ਦੇ ਨਾਲ ਗੱਲ ਕਰ ਰਹੇ ਹਾਂ, ਮਿਨਿਸਟਰੀ ਦੇ ਨਾਲ, ਕਿ ਇਸ ਤਰ੍ਹਾਂ ਦੇ, ਜਿਸ ਤਰ੍ਹਾਂ ਐਡਵਰਟਾਈਜ਼ਿੰਗ ਦੇ ਉੱਪਰ ਇੱਕ ਚੈਨਲ ASIJI ਲੱਗਾ ਹੈ, ਉਸ ਤਰ੍ਹਾਂ ਇੱਕ ਇਹ ਵੀ ਸਿਸਟਮ ਹੋਏ ਜਿਹੜਾ ਆਪਣਾ ਏ ਸਰਟੀਫਿਕੇਟ ਜਾਂ ਫਿਲਮ ਨੂੰ ਮਿਲਦਾ ਸੈਂਸਰ ਵਾਲਾ, ਹਰ ਫਿਲਮ ਦੇ ਵਿੱਚ ਜੇ ਹੀਰੋ ਵੀ ਬਿਨਾਂ ਹੈਲਮਟ ਤੋਂ ਜਾਂ ਬਿਨਾਂ ਸੀਟ ਬੈਲਟ ਤੋਂ ਕੋਈ ਸਟੰਟ ਕਰ ਰਿਹਾ ਤਾਂ ਉਹਨੂੰ ਵੀ ਰੋਕਿਆ ਜਾ ਸਕੇ। ਇਹਦੇ ਉੱਪਰ ਵੀ ਸਾਡੇ ਜਿਹੜਾ ਨੈਟਵਰਕ ਹੈ ਰੋਡ ਸੇਫਟੀ ਤੋਂ ਕੰਮ ਕਰ ਰਿਹਾ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਸਭ ਚੀਜ਼ਾਂ ਬੰਦ ਹੋ ਜਾਣ, ਗਾਣੇ ਵੀ ਔਰ ਇਹੋ ਜਿਹੇ ਕੋਈ ਵੀ ਸੀਨ, ਚਾਹੇ ਉਹ ਕੋਈ ਵੀ ਸੈਲੀਬ੍ਰਿਟੀ ਹੈ। ਐਗਜੈਕਟਲੀ, ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਸਾਰੀ ਚੀਜ਼ ਨੂੰ ਲੋਕੀ ਫੋਲੋ ਵੀ ਕਰੀਏ, ਔਰ ਐਕਚੁਅਲੀ ਸਿਰਫ ਇੱਕ ਦਿਨ ਦੀ ਗੱਲ ਨਾ ਹੋਏ, ਇੱਕ ਹਫਤੇ ਦੀ ਗੱਲ ਨਾ ਹੋਏ, ਬਲਕਿ ਐਵਰੀ ਡੇ ਅਸੀਂ ਇਸ ਨੂੰ ਰੂਟੀਨ ਬਣਾਈਏ। ਔਰ ਪੇਰੈਂਟਸ ਲਈ ਜ਼ਰੂਰੀ ਹੈ ਕਿ ਉਹ ਗੁੱਡ ਐਗਜ਼ਾਮਪਲ ਪੇਸ਼ ਕਰਨ, ਤਾਂ ਹੀ ਕਰਕੇ ਬੱਚੇ ਉਹਨਾਂ ਨੂੰ ਫੋਲੋ ਕਰਨਗੇ। ਜੇ ਉਹ ਰੈਡ ਲਾਈਟ ਜੰਪ ਕਰਨਗੇ ਤੇ ਬੱਚਿਆਂ ਨੂੰ ਲੱਗੇਗਾ ਕਿ ਇੱਥੇ ਜੰਪ ਕਰਨੀ ਚਾਹੀਦੀ। ਜੇ ਉਹ ਪੈਡੈਸਟਰੀਅਨ ਨੂੰ ਇੱਜ਼ਤ ਨਹੀਂ ਦੇਣਗੇ, ਸਾਈਕਲ, ਰਿਕਸ਼ਾ, ਆਟੋ ਵਾਲੇ ਨੂੰ, ਤੇ ਉਹ ਵੀ ਬੱਚੇ ਅੱਗੇ ਜਾ ਕੇ ਇਹਨੂੰ ਰਿਸਪੈਕਟ ਨਹੀਂ ਕਰਨਗੇ। ਔਰ ਜੇ ਉਹ ਸੀਟ ਬੈਲਟ ਜਾਂ ਹੈਲਮੇਟ ਨਹੀਂ ਪਾਉਣਗੇ ਔਰ ਵਿਖਾਣਗੇ ਕਿ ਇਹ ਸਵੈਗ ਹੈ, ਸਟਾਈਲ ਹੈ, ਤੇ ਬੱਚੇ ਵੀ ਉਸਨੂੰ ਫੋਲੋ ਨਹੀਂ ਕਰਨਗੇ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਦੁਨੀਆਂ ਦਾ ਜਿਹੜਾ ਬੱਚਾ ਹੈ, ਜਿਹੜਾ ਯੂਥ ਹੈ, ਜਿਹੜਾ ਅੱਗੇ ਵੱਧ ਰਿਹਾ,
ਉਹ ਇੱਕ ਚੰਗਾ ਐਗਜ਼ਾਮਪਲ ਸੈੱਟ ਕਰੇ, ਉਹ ਦੇਸ਼ ਨੂੰ ਤਰੱਕੀ ਦੇ ਔਰ ਲੈਕਰ ਜਾਏ, ਤੇ ਇਹ ਤਰੱਕੀ ਛੋਟੀ ਛੋਟੀ ਇਮਾਨਦਾਰੀ ਦੇ ਨਾਲ ਹੋ ਸਕਦੀ ਹੈ, ਜੋ ਕਿ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਸਿਖਾਉਣੀ ਹੈ ਤੇ ਉਹਨਾਂ ਨੂੰ ਇੱਕ ਅੱਛੀ ਜਿਹੀ ਆਦਤ ਪਾਉਣੀ ਹੈ। ਹਰਪ੍ਰੀਤ ਜੀ, ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਜੁੜੇ। ਜਾਂਦੇ ਜਾਂਦੇ ਰੇਡੀਓ ਪੰਜਾਬ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣਾ? ਮੇਰਾ ਇੱਕ ਸਿੰਗਲ ਲਾਈਨ ਦਾ ਮੈਸੇਜ ਫਿਰ ਮੈਂ ਦੇਣਾ ਚਾਹਾਂਗਾ ਕਿ ਰੋਡ ਸੇਫਟੀ ਇਜ਼ ਯੋਰ ਰਿਸਪੌਂਸਿਬਿਲਟੀ। ਐਗਜ਼ੈਕਟਲੀ, ਇਟਸ ਆਰ ਰਿਸਪੌਂਸਿਬਿਲਟੀ ਐਂਡ ਬੀਇੰਗ ਅ ਕਮਿਊਨਿਟੀ ਰੇਡੀਓ ਸਟੇਸ਼ਨ ਰੇਡੀਓ ਪੰਜਾਬ ਦੀ ਵੀ ਇਹੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਜੋ ਵੀ ਚੰਗੀ ਗੱਲ ਦੱਸ ਰਿਹਾ ਹੈ, ਦੇਸ਼ ਦੇ ਲਈ ਗੱਲ ਦੱਸ ਰਿਹਾ ਹੈ, ਸਾਡੀ ਸੋਸਾਇਟੀ ਦੇ ਲਈ ਗੱਲ ਦੱਸ ਰਿਹਾ, ਅਪਲਿਫਟਮੈਂਟ ਦੇ ਲਈ ਗੱਲ ਦੱਸ ਰਿਹਾ, ਅਸੀਂ ਉਸਦੀ ਆਵਾਜ਼ ਜ਼ਰੂਰ ਬਣੀਏ। ਹਰਪ੍ਰੀਤ ਜੀ, ਸਾਡੀ ਟੈਗ ਲਾਈਨ ਹੈ ਟਸ਼ਨ ਪੰਜਾਬੀ ਜਸ਼ਨ ਪੰਜਾਬੀ, ਇੱਕ ਵਾਰ ਤੁਸੀਂ ਵੀ ਕਹਿ ਦਿਓ। ਟਸ਼ਨ ਪੰਜਾਬੀ ਜਸ਼ਨ ਪੰਜਾਬੀ। ਐਗਜ਼ੈਕਟਲੀ, ਟਸ਼ਨ ਔਰ ਜਸ਼ਨ ਹੈ ਸਪੀਡ ਲਿਮਿਟ ਦੇ ਵਿੱਚ ਗੱਡੀ ਚਲਾਉਣ ਦਾ। ਅਗੇਨ, ਇਹ ਸਾਰੀ ਗੱਲਾਂ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਰੋਡ ਸਭ ਦੀ ਹੈ ਤੇ ਪਲੀਜ਼ ਸਭ ਦੀ ਰਿਸਪੈਕਟ ਕਰੋ। ਸਾਈਕਲ, ਸਕੂਟਰ ਔਰ ਥ੍ਰੀ ਵੀਲਰ, ਆਟੋ, ਜੋ ਵੀ ਸੜਕ ਤੇ ਚੱਲ ਰਿਹਾ, ਪੈਡੈਸਟ੍ਰੀਅਨ ਚੱਲ ਰਿਹਾ, ਉਸਨੂੰ ਰਿਸਪੈਕਟ ਕਰਦੇ ਹੋਏ ਆਪਣੀ ਗੱਡੀ ਚਲਾਓ, ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋਏ। ਸੁਣਦੇ ਰਹੋ ਰੇਡੀਓ ਪੰਜਾਬ 90.2 ਟਸ਼ਨ ਪੰਜਾਬੀ ਜਸ਼ਨ ਦਾ। 90.2 ਟਿਊਨ ਕਰੋ, 90.2 ਟਿਊਨ ਕਰੋ, 90.2।